हाले ते शुरुआत मित्रा रब के पासे काज दिया बड़िया लंबिया रावा ने आओ सतेंद्र तो सुरताज दिया और सदा सफर विच चलदे रहना एहो किस्मत राही दी खुद चाहिए सत्कार ते सब दी इज्जत करनी चाहिदी गल्लां बातां वड्डियां ने पर सामने मैच आप बड़ा चांदर खेड़े जा रहा है दूसरी साइड में देख रहा भी अंकित आया पथरेड़ी वाला मेरे मित्रों आ मुंडा दिल्ली के इलाके का है ते नाल मैं देख रहा भी मुंडा टीटू आया जयपुर वाला ते नाल कमल पुजा होया जयपुर दी धरती का पर सिरे दी टक्कर है खेल दे ग्राउंड दे विच एक पट्टा मैच खेड़े जा रहा है और सिरे दी मैच दी आओ शुरुआत इत्थे तक ओ बल्ले 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 ਲਾਓ ਸਾਹਮਣੇ ਇੱਕ ਸਿਰੇ ਦੀ ਕਹਿੰਦੇ ਟੱਕਰ ਖੇਡੀ ਜਾ ਰਹੀ ਆ ਗਰਾਊਂਡ ਦੇ ਵਿੱਚ ਮੇਰੇ ਮਿੱਤਰੋ ਤੂਫਾਨ ਵਾਲੀਬਾਲ ਦਾ ਪੂਜਾ ਹੋਇਆ ਹੈ ਦੁਨੀਆ ਦਾ ਬੜੇ ਮਹਿੰਗੇ ਮੁੱਲ ਦਾ ਪਲੇਅਰ ਹੈ ਤੇ ਚਰਚੇ ਕਿਉਂਕਿ ਦੁਨੀਆ ਦੇ ਵਿੱਚ ਹੁੰਦੇ ਆ ਪਰ ਗੁਰਜੀਤ ਗਲਤੀ ਕਰ ਗਿਆ ਮੁੰਡਾ ਸੰਧੂਆ ਦਾ ਬਾਬਾ ਗੁਰਜੀਤ ਤੇ ਨਾਲ ਮੇਰੇ ਮਿੱਤਰੋ ਪਾਲਮ ਚੈਣੇ ਵਾਲ ਪਿੰਡ ਦਾ ਇਹ ਮੁੰਡੇ ਇੱਕੋ ਪਰਿਵਾਰ ਨੂੰ ਬਲੌਕ ਕਰਦੇ ਆ ਹਰ ਮੁੰਡੇ ਸੰਧੂਆ ਦੇ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਆ ਜਿੰਨੇ ਮੈਚ ਕਹਿੰਦੇ ਚੈਨਲ ਦੀ ਟੀਮ ਖੇਡਦੀ ਆ ਲਗਭਗ ਹਰ ਇੱਕ ਮੈਚ ਦੇ ਵਿੱਚ ਹਰ ਇੱਕ ਟੂਰਨਾਮੈਂਟ ਦੇ ਉੱਤੇ ਆਪਣਾ ਵਧੀਆ ਪ੍ਰਦਰਸ਼ਨ ਕਰਦੀ ਆ ਤੇ ਪਥਰੇੜੀ ਵਾਲੇ ਮੁੰਡੇ ਜਦੋਂ ਜਦੋਂ ਪੰਜਾਬ ਦੇ ਵਿੱਚ ਆਉਂਦੇ ਆ ਤੇ ਇਹ ਆਪਣਾ ਮੇਰੇ ਮਿੱਤਰ ਚੋਹਰ ਦਿਖਾ ਕੇ ਜਾਂਦੇ ਆ ਵੀ ਅਸੀਂ ਦਿੱਲੀ ਦੇ ਇਲਾਕੇ ਦੇ ਬਾਦਸ਼ਾਹ ਗਏ ਤੇ ਬਾਦਸ਼ਾਹ ਕਿਸੇ ਆਓ ਗੱਲ ਨਾ ਆਈ ਆ ਮਿੱਤਰਾ ਪਰ ਇੱਧਰ ਜਿੰਨੀ ਦੁਨੀਆ ਲਾਈਵ ਜੁੜੀ ਆ ਸਾਰੇ ਮਿੱਤਰਾਂ ਦਾ ਧੰਨਵਾਦ ਹੈ ਹਰ ਖਬਰੂ ਨੇਕਾ ਦੇ ਨੰਬਰ ਇੱਕ ਹੋਰ ਦੇ ਵਾਦੇ ਆਪਣੀ ਟੀਮ ਦੇ ਲਈ ਕਰ ਦਿੰਦੇ ਆ ਇੱਧਰ ਮਾਲਵਾ ਫੀਲਡ ਦੇ ਜ਼ਰੀਏ ਵੱਡਾ ਮੇਲਾ ਲਾਈਵ ਕੀਤਾ ਜਾ ਰਿਹਾ ਹੈ ਨਾਲ ਖੰਨੇ ਵਾਲਾ ਕਹਿੰਦੇ ਮੇਰੇ ਮਿੱਤਰੋ ਆਪਾਂ ਕਹਿ ਦਈਏ ਵੀ ਮਨਪ੍ਰੀਤ ਆਇਆ ਹੋਇਆ ਹੈ ਗੱਲਾਂ ਬਾਤਾਂ ਵੱਡੀਆਂ ਨੇ ਵੀਰ ਸਾਡੇ ਦੀਆਂ ਨਾ ਉਹ ਵੀਰ ਵੀ ਸਾਡੀ ਜ਼ਿੰਦਗੀ ਦਾ ਪਿਆਰਾ ਮਿੱਤਰ ਹੈ ਵੀ ਕਿੱਦੀ ਖੰਨੇ ਉਹ ਤਵਿੰਦਰਾ ਵਰੰਗ ਆਊਗੀ ਰੱਖ ਸਾਹਿਬ ਕੇ ਜਵਾਨੀ ਤੇ ਆਓ ਕੰਮ ਆਊਗੀ ਵੀ ਰੱਖ ਸਾਹਿਬ ਕੇ ਜਵਾਨੀ ਤੇ ਆਓ ਕੰਮ ਆਊਗੀ ਗੱਲ ਤੇ ਸੱਚ ਹੈ ਪਰ ਮੈਚ ਬੜੇ ਜ਼ਿਆਦਾ ਖੇਡੇ ਜਾ ਰਹੇ ਹੈ ਖੇਡ ਦੇ ਮੈਦਾਨ ਦੇ ਵਿੱਚ ਪਹਿਲੇ ਸੈਮੀ ਦੀਆਂ ਗੱਲਾਂ ਬਾਤਾਂ ਨੇ ਤੇ ਫਿਰ ਦੂਸਰਾ ਸੈਮੀ ਦੇਖੋ ਕਿਹੜੀ ਟੀਮ ਉਹ ਭਾਗਾ ਵਾਲੀ ਹੋਵੇਗੀ ਜਿਹੜੀ ਜਿੱਤੇਗੀ ਕਦੇ ਪਹਿਲੇ ਸੈਮੀ ਦੀਆਂ ਗੱਲਾਂ ਫਿਰ ਦੂਜੇ ਸੈਮੀ ਦੀਆਂ ਗੱਲਾਂ ਤੇ ਫਿਰ ਫਾਈਨਲ ਦੇ ਵਿੱਚ ਆਓ ਮੇਰੇ ਮਿੱਤਰੋ ਕੁੱਟ ਕਟਾਪਾ ਹੀ ਹੋਣਾ ਆ ਪਾਪਾ ਖੇਡ ਗਰਾਊਂਡ ਦੇ ਅੰਦਰ ਪਰ ਸਣੀ ਗਲਤੀ ਕਰ ਗਿਆ ਠੂਰੀ ਵਾਲਾ ਪਿੰਡ ਦਾ ਉਸਤਾਦ ਇੱਕ ਤੇ ਦੋ ਬਾਈ ਇੱਕ ਤੇ ਦੋ ਦੀ ਟੱਕਰ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਇੱਕ ਨੰਬਰ ਆ ਪਥਰੇੜੀ ਦੀ ਟੀਮ ਦਾ ਔਰ ਦੋ ਨੰਬਰਾਂ ਮੇਰੇ ਮਿੱਤਰੋ ਮੈਂ ਦੇਖਣਾ ਵੀ ਕਹਿਣੇ ਵਾਲ ਪਿੰਡ ਦੇ ਮੁੰਡਿਆਂ ਦਾ ਹੈ ਬੜਾ ਇੱਕ ਤੇ ਇੱਕ 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 ਦੀ ਟੱਕਰ ਖੇਡੀ ਜਾ ਰਹੀ ਹੈ ਮੈਂ ਵੇਖਣਾ ਵੀ ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਮੇਰੇ ਮਿੱਤਰਾ ਮੈਦਾਨ ਦੇ ਅੰਦਰ ਵੀ ਛੱਡ ਦੇ ਛੋਟਿਆ ਵੀਰਾ ਕਰਨ ਲਈ ਆਓ ਰੀਸ਼ ਸ਼ਰਾਫੀਆਂ ਦੀ ਆ ਬੇਕ ਪਟਾਕੇ ਪੈਂਦੇ ਤੇ ਵਾਲੀਬਾਲ ਖੇਡ ਪੰਜਾਬੀਆਂ ਦੀ ਆ ਪੰਜਾਬੀਆਂ ਦੀ ਮਹਿਬੂਬ ਖੇਡ ਹੈ ਔਰ ਗੱਲਾਂ ਬਾਤਾਂ ਕਹਿੰਦੇ ਵੱਡੀਆਂ ਲੱਗੀਆਂ ਹੋਈਆਂ ਮੁੰਡੇ ਕਹਿੰਦੇ ਨੰਬਰ ਜੋੜ ਰਹੇ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਪਰ ਇੱਧਰ ਸੱਤਾ ਫੇਰ ਤਿਆਰ ਬਾਰ ਤਿਆਰ ਹੈ ਰਾਏਕੋਟ ਦਾ ਇਲਾਕਾ ਸਹਿਬਾਜਪੁਰ ਦੀ ਟੀਮ ਹੈ ਦੇ ਲਈ ਔਰ ਮੇਰੇ ਮਿੱਤਰੋ ਲੰਬਾ ਸਮਾਂ ਸਨੀ ਖੇਡਿਆ
ਪਰ ਅੱਜ ਕੱਲ ਸੱਤਾ ਤੇ ਸਣੀ ਕਿਵੇਂ ਦੀ ਟੀਮ ਦੇ ਲਈ ਖੇਡ ਰਿਹਾ ਹੈ, ਇਹ ਚਰਚਾ ਦਾ ਵਿਸ਼ਾ ਬਣੇ ਹੋਏ ਹੈ। ਆਹ ਚੋਰੀ ਕਿਸੇ ਟਾਈਮ ਖਨਾਲ ਦੀ ਟੀਮ ਦੇ ਲਈ ਖੇਡੀ ਤੇ ਲੋਕਾਂ ਨੇ ਸਰਨਾਮੇ ਪੁੱਛੇ ਮੇਰੇ ਮਿੱਤਰੋ, ਪਰ ਅੱਜ ਚਾਂਗਲੀ ਦਾ ਮੇਲਾ ਹੈ, ਮੇਲਾ ਭਰ ਜੋਗਣ ਦੇ ਉੱਤੇ ਹੈ, ਜਿਹਨੇ ਰੱਬ ਰੂਪੀ ਸੰਗਤ ਜੁੜੀ ਹੈ, ਸਾਰੀ ਸਾਧ ਸੰਗਤ ਦਾ ਆਹ ਵੱਡਾ ਧੰਨਵਾਦ ਹੈ ਅੱਜ ਦੇ ਇਸ ਵੱਡੇ ਮੇਲੇ ਦੇ ਨਾਲ ਜਿਹਨੇ ਰੱਬ ਰੂਪੀ ਸੰਗਤ ਜੁੜੀ ਹੋਈ ਹੈ। ਔਰ ਮੈਂ ਵੇਖਦਾ ਵੀ ਗੁਰਜੀਤ ਦੇ ਚਰਚੇ ਵੱਡੇ ਆ, ਪਰ ਅੰਕ ਬਜ਼ਾਰਾ ਦੂਰੀਆਂ ਬਹੁਤ ਵੱਡੀਆਂ ਤੈਅ ਕੀਤੀਆਂ ਅੱਜ ਦੇ ਇਸ ਮੇਲੇ ਦੇ ਉੱਤੇ। ਤੇ ਮਿੱਤਰਾਂ ਮੁੱਲ ਤੇ ਮੋੜ ਨਹੀਂ ਪੈਣਾ, ਕਮੇਟੀ ਵਾਲਿਆਂ ਨੇ ਸੱਦਿਆ ਤੇ ਕਮੇਟੀ ਵਾਲਿਆਂ ਨੇ ਦੱਸ ਕੇ ਜਾਣਾ ਵੀ ਸਾਨੂੰ ਲੋਕੀ ਆਓ ਕਿਵੇਂ ਤੇ ਕਿਉਂ ਸੱਦਦੇ ਆ। ਆ ਸੱਤਾ ਮੇਰੇ ਮਿੱਤਰੋ ਭਾਈ ਅਰਜੇ ਸੱਦੇ ਦਾ ਕੰਮ ਲੋਟ ਲੈਣਾ, ਤਾੜੀ ਤੇ ਮਾਰੇ ਯਾਰ ਮੁੰਡੇ ਨੇ ਬੜੀ ਸੋਹਣੀ ਖੇਡ ਗਰਾਊਂਡ ਦੇ ਵਿੱਚ ਖੇਡ ਦਿਖਾ ਰਹੇ ਆ, ਔਰ ਟੀਡੂ ਦੇ ਉੱਤੇ ਬਾਲ ਆਤੀ ਮੁੰਡੇ ਨੇ, ਇਹ ਕਹਿੰਦੇ ਜੈਪੁਰ ਵਾਲਾ ਹੈ ਤੇ ਮੁੰਡਿਆਂ ਤੇਰਾ ਮਾਣ ਤਾੜ ਕੀਤਾ ਗੱਭਰੂ ਨੇ। ਸ਼ਾਹਪੁਰ ਹਰਗੀ ਲਾਡੀ ਉਹ ਹਰਗੀ ਮੇਲਾ ਦਾ ਵੀ ਬਾਬੇ ਕਿਹੜੀ ਸੀ ਉਹ ਕਰਿਆੜ ਟੀਮ ਉਸਤਾਦ ਉਹਨੂੰ ਹਰਗੀ ਲਾਡੀ ਕਰਿਆੜ ਵਾਲੇ ਮੁੰਡੇ ਸੀ ਇੱਥੋਂ ਹਰਿਆਣੇ ਦੀ ਟੀਮ ਆ ਉਹਨੂੰ ਹਰਗੀ ਲਾਡੀ। ਉਧਰ ਲਾਡੀ ਸ਼ਾਹਪੁਰ ਸਾਡੀ ਜ਼ਿੰਦਗੀ ਦਾ ਮਾਣ ਹੈ, ਜਾ ਬਸਿਆ ਵਿੱਚ ਵਿਦੇਸ਼ਾਂ ਦੇ, ਔਰ ਲੰਬਾ ਸਮਾਂ ਮੇਰੇ ਮਿੱਤਰੋ ਨੈਟ ਦੇ ਉੱਤੇ ਖੇਡਿਆ ਸ਼ਾਹਪੁਰ ਦੀ ਟੀਮ ਦੇ ਲਈ, ਜੱਗੀ ਵਰਗੇ, ਕੱਦੂ ਵਰਗੇ, ਪ੍ਰਮਾਤਮਾ ਵਰਗੇ, ਔਰ ਅਨਮੋਲ ਦੇ ਕਾਂਤੇ ਵਰਗੇ ਬਹੁਤ ਚੋਟੀ ਦੇ ਪਲੇਅਰ ਰਹੇ, ਔਰ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਮੇਰੇ ਮਿੱਤਰੋ ਜਿੰਨਾ ਚਿਰ ਲਾਡੀ ਖੇਡਿਆ ਸ਼ਾਹਪੁਰ ਦੇ ਲਈ ਤੇ ਦੁਨੀਆਂ ਦੇ ਵਿੱਚ ਆਪਣੀ ਖੇਡ ਦਾ ਲੋਹਾ ਬਣਵਾਇਆ, ਤੁਹਾਡੀ ਜ਼ਿੰਦਗੀ ਦਾ ਪਿਆਰਾ ਮਿੱਤਰਾ ਹੈ, ਬੜਾ ਧੰਨਵਾਦ ਆ ਤੁਹਾਡੇ ਵੀਰ ਦਾ। ਔਰ ਮੈਂ ਵੇਖਦਾ ਵੀ ਦੁਨੀਆਂ ਦਾ ਇੱਕ ਮਹਿੰਗੇ ਬੁੱਲ ਦਾ ਪਲੇਅਰ ਆ, ਔਰ ਖੇਡ ਗਰਾਊਂਡ ਦੇ ਵਿੱਚ ਤੇ ਨੰਬਰ ਇੱਕ ਹੋਰ ਜਾ ਜੁੜਿਆ ਮੇਰੇ ਮਿੱਤਰੋ। ਉਧਰ ਮੈਂ ਦੇਖਦਾ ਵੀ ਲਾਡੀ ਪਈ ਵਾਲ ਪਿੰਡ ਦਾ ਉਹ ਵੀ ਕਹਿੰਦੇ ਲਾਈਵ ਜੁੜਿਆ ਹੋਇਆ, ਇੱਧਰ ਕੀ ਸਕੋਰ ਆ ਬਾਈ ਦੱਸੀਏ ਜੀ, ਤਿੰਨ ਤੇ ਇੱਕ, ਇੱਧਰ ਕਹਿੰਦੇ ਤਿੰਨ ਤੇ ਇੱਕ ਦੀ ਟੱਕਰ ਆ। ਇੱਧਰ ਮੇਰੇ ਮਿੱਤਰੋ ਤਿੰਨ ਨੰਬਰ ਚੈਨੇ ਵਾਲ ਪਿੰਡ ਦੀ ਟੀਮ ਦੇ, ਔਰ ਮੈਂ ਵੇਖਦਾ ਵੀ ਇੱਕ ਨੰਬਰ ਆ ਪਥਰੇੜੀ ਦੀ ਟੀਮ ਦਾ, ਤਿੰਨ ਤੇ ਮਿੱਤਰਾਂ ਇੱਕ ਦੀ ਟੱਕਰ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਆ। ਆ ਸਹਿਬਾਜਪੁਰੀ ਆ ਪਰ ਇੱਧਰ ਕਹਿੰਦੇ ਚੈਨੇ ਵਾਲੀ ਆ, ਆਓ ਪਰਮ ਗਲਤੀ ਕਰ ਗਿਆ ਖੇਡ ਗਰਾਊਂਡ ਦੇ ਵਿੱਚ, ਇੱਧਰ ਰਿਜ਼ਲਟ ਵੀ ਹਲੇ ਪੈਂਡਿੰਗ ਆ ਮਿੱਤਰਾਂ, ਜਿਹੜੀ ਟੀਮ ਨੇ ਜਿੱਤਣਾ ਉਹਦੇ ਵਿੱਚੋਂ ਉਹਦੇ ਸਮੇਂ ਦੀਆਂ ਗੱਲਾਂ ਬਾਤਾਂ ਹੋਣਗੀਆਂ। ਪਰ ਇੱਧਰ ਮੈਂ ਦੇਖਦਾ ਵੀ ਬੜਾ ਚਾਲਦਾਰ ਮੁਕਾਬਲਾ ਖੇਡਿਆ ਜਾ ਰਿਹਾ ਹੈ, ਮੋਨੂ ਤੱਕਰ ਸਾਡੀ ਜ਼ਿੰਦਗੀ ਦਾ ਮਾਣ ਹੈ, ਉਹ ਭਰਾ ਵੀ ਜੁੜਿਆ, ਉਹ ਸਵੀਰ ਦਾ ਵੀ ਧੰਨਵਾਦ ਹੈ ਅੱਜ ਦੇ ਇਸ ਵੱਡੇ ਮੇਲੇ ਦੇ ਉੱਤੇ। ਪਰ ਮੈਂ ਦੇਖਦਾ ਵੀ ਨੰਬਰ ਦੂਜਾ ਜੁੜ ਗਿਆ, ਦੋ ਤੇ ਤਿੰਨ ਦੀ ਟੱਕਰ ਹੈ, ਆਓ ਗਰਾਊਂਡ ਦੇ ਵਿੱਚ ਮੇਰੇ ਮਿੱਤਰਾਂ, ਲੱਗਦਾ ਹੋਇਆ ਚੋਰ ਹੈ ਅੱਜ ਖੇਡ ਗਰਾਊਂਡ ਦੇ ਵਿੱਚ। ਤੈਨੂੰ ਬੁੱਧ ਸਿੰਘ ਬਾਜਵਾ ਜੀ ਕੈਨੇਡਾ ਦੇ ਵਿੱਚ ਰਹਿ ਕੇ ਵੀ ਪੂਰੀ ਜਾਣਕਾਰੀ ਆ, 97 ਵਾਲੇ ਇੱਥੇ ਰੱਖ, 94 ਵਾਲੇ ਹੋਏ ਫਿਰਦੇ ਆ, ਲੋਕੀ ਤਾਂ ਉਮਰ ਘਟਾਉਂਦੇ ਹੁੰਦੇ ਆ, ਵੱਧ ਦੱਸੀ ਜਾਂਦੇ ਆ। ਆ ਬੁੱਧ ਬਾਜਵਾ ਬਾਜਵਾ ਦਾ ਸਿਰ ਹੀ ਕਰਾਤਾ, ਪਤਾ ਨਹੀਂ ਬਾਈ ਯਾਰ ਓਬਜੈਕਸ਼ਨ ਦਾ ਹਾਲੇ ਕੀ ਬਣਿਆ, ਹਲੇ ਪੈਂਡਿੰਗ ਆ ਰਿਜ਼ਲਟ ਬਾਈ। ਲਾਓ ਸਾਹਮਣੇ ਖੇਡ ਗਰਾਊਂਡ ਦੇ ਅੰਦਰ ਸਾਨੀ ਨੇ ਨੰਬਰ ਜੋੜ ਦਿੱਤਾ ਆਪਣੀ ਟੀਮ ਲਈ, 11-3 ਤੇ 2 ਦੀ ਟੱਕਰ ਆ, 3 ਤੇ ਮਿੱਤਰਾਂ 2 ਦੀ ਟੱਕਰ ਆ। ਉਧਰ ਖੇਡ ਗਰਾਊਂਡ ਦੇ ਅੰਦਰ ਬੁੱਧ ਸਿੰਘ ਬਾਜਵਾ ਕੈਨੇਡਾ, ਸਾਡੀ ਜ਼ਿੰਦਗੀ ਦਾ ਮਾਣ ਆ, ਰੰਗਲਾ ਸੱਜਣਾ ਭਰਾ ਸਾਡਾ, ਉਹ ਵੀਰ ਵੀ ਲਾਈਵ ਜੁੜਿਆ, ਵੱਡਾ ਧੰਨਵਾਦ ਹੈ।
ਨਾਲ ਡੀਸੀ ਅਰਜੀ ਵੀ ਜੁੜਿਆ ਹੈ ਪਰ ਗਰਾਊਂਡ ਦੇ ਵਿੱਚ ਮੈਚ ਬੜਾ ਸੋਹਣਾ ਖੇਡਿਆ ਜਾ ਰਿਹਾ ਹੈ ਤਿੰਨ ਤੇ ਦੋ ਦੀ ਟੱਕਰ ਹੈ ਇੱਕ ਨੰਬਰ ਦਾ ਫਰਕ ਹੈ ਮਿੱਤਰਾ ਅੱਜ ਦੇ ਸਫਟੇ ਮੇਲੇ ਦੇ ਉੱਤੇ ਦੁਨੀਆਂ ਦੇ ਮਹਿੰਗੇ ਮੁੱਲ ਦੇ ਪਲੇਅਰ ਪੁੱਜੇ ਆ ਤੇ ਚਾਂਦੀ ਦੀ ਟੀਮ ਨੇ ਕੱਲੇ ਕੱਲੇ ਨੂੰ ਸੱਦੇ ਲਾਇਆ ਮਿੱਤਰਾ ਅੱਜ ਦੇ ਸਫਟੇ ਮੇਲੇ ਦੇ ਉੱਤੇ ਪਰ ਪਥਰੇੜੀ ਵਾਲਾ ਆਹ ਦਿੱਲੀ ਦੇ ਏਰੀਏ ਦਾ ਬਾਦਸ਼ਾਹ ਪਰ ਸੱਤੇ ਦਾ ਸਿੱਕਾ ਮਿੱਤਰਾ ਵਿਦੇਸ਼ਾਂ ਤੱਕ ਚੱਲਦਾ ਇਹਦੇ ਵਿੱਚ ਕੋਈ ਸ਼ੱਕ ਨੀ ਵੀ ਤੂੰ ਕਿਉਂ ਘਬਰਾਉਂਦੀ ਅੜੀ ਉਹ ਨੀ ਆਹ ਚੱਟ ਫੋਕੇ ਫੈਕਟਰ ਨਾ ਮਾਰੇ ਦੱਸਦੇ ਸੱਚਾ ਮਿੱਤਰਾ ਇਹ ਫੋਕੇ ਫੈਕਟਰ ਨਹੀਂ ਮਾਰਦੇ ਇਹਦੇ ਕੁਝ ਕਰਕੇ ਦਿਖਾਉਣ ਦਾ ਆਹ ਤਮ ਰੱਖਦੇ ਆ ਪਰ ਸਾਹਮਣੇ ਆਹ ਬੱਲੇ 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 ਲੱਗਦਾ ਹੋਇਆ ਚੋਰ ਮੈਦਾਨ ਦੇ ਅੰਦਰ ਮੇਰੇ ਮਿੱਤਰੋ ਵੀ ਕੱਢਿਆ ਇਹ ਨੈੱਟ ਤੇ ਪਈਆਂ ਨੇ ਤੋਂ ਵੱਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਆਓ ਟੀਮਾਂ ਦੋਨੋਂ ਚੰਗੀਆਂ ਵੀ ਕੌਣ ਮਾਰੂ ਸ਼ਾਟਾਂ ਤੇ ਕਿਹੜਾ ਕਰੂਗਾ ਡਿਫੈਂਸ ਅੱਜ ਡਿੱਗ ਡਿੱਗ ਕੇ ਜਿਹਨੇ ਟੌਲਿਆ ਗੁੱਟਾਂ ਦੇ ਵਿੱਚ ਜਾਨ ਮਿੱਤਰੋ ਵੀ ਉਹਨੇ ਜਾਣਾ ਚਿੱਤ ਕੇ ਜਿਹਨੇ ਟੌਲਿਆ ਗੁੱਟਾਂ ਪੱਟਾਂ ਦੇ ਵਿੱਚ ਜਾਨ ਮਿੱਤਰੋ ਉਹਨੇ ਜਾਣਾ ਜਿੱਤ ਕੇ ਉਹਨੇ ਜਿੱਤ ਜਾਣਾ ਔਰ ਜਿਹਦੇ ਵਿੱਚ ਅੰਨੀ ਜਾਨ ਹੈ ਜਿਹਦੀ ਕਿਸਮਤ ਚੰਗੀ ਆ ਮਿੱਤਰਾ ਔਰ ਜਿਹਨੇ ਮਿਹਨਤ ਵੱਡੀ ਕੀਤੀ ਆ ਖੇਡ ਗਰਾਊਂਡ ਦੇ ਅੰਦਰ ਮੈਚ ਦੀ ਚੋਟੀ ਆ ਬਾਕੀ ਗੱਲਾਂ ਬਾਤਾਂ ਵੱਡੀਆਂ ਨੇ ਬਾਜਵਾ ਕਹਿੰਦਾ ਵੀ ਆਪਾਂ ਤੇ ਪ੍ਰੂਫਾਂ ਦੇ ਆਧਾਰ ਤੇ ਗੱਲਾਂ ਕਰੀਦੀਆਂ ਇਹ ਗੱਲ ਸੱਚ ਆ ਮਿੱਤਰਾ ਬੜਾ ਪਿਆਰਾ ਮਿੱਤਰਾ ਜੁਲਪੁਰੀਆ ਸੱਤਾ ਲਾਈਵ ਜਿਹੜਾ ਹੋਇਆ ਜ਼ਿੰਦਗੀ ਦਾ ਮਾਣ ਹੈ ਤੇ ਜੁਲਪੁਰ ਵਾਲੇ ਤੁਸੀਂ ਵੀ ਵਾਪਸੀ ਕਰੋ ਮਿੱਤਰੋ ਹੁਣ ਤੇ ਫੋਟਾ ਵਾਟਾਂ ਦਾ ਕੰਮ ਨਿਪਲ ਗਿਆ ਹੋਣਾ ਆਓ ਤੁਸੀਂ ਵੀ ਇਹਨਾਂ ਗਰਾਊਂਡਾਂ ਵੱਲ ਪਰ ਇੱਧਰ ਮੈਚ ਆਹ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਮੁੰਡੇ ਕਹਿੰਦੇ ਜੈਪੁਰ ਵਾਲੇ ਵੀ ਬੜੇ ਪੱਟੇ ਮਹਾਲਾ ਹੈ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਮੁੰਡਿਆਂ ਦਾ ਸਿੱਕਾ ਚੱਲਦਾ ਕਮਲ ਨੂੰ ਮੁਬਾਰਕਾਂ ਨੇ ਜੈਪੁਰ ਵਾਲੇ ਭਰਾ ਸਾਡੇ ਨੂੰ ਔਰ ਬਾਈ ਨੇ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਵੀ ਮੁੰਡੇ ਨੂੰ ਗੌਰਮੈਂਟ ਜੋਬ ਲੱਗੀ ਹੈ ਔਰ 16 ਤਰੀਕ ਦੀ ਜਵਾਨੀ ਦਾ ਵੀਰ ਸਾਡੇ ਦੀ ਤੇ ਭਰਾ ਸਾਡਾ ਆਓ ਸਰਕਾਰੀ ਟੀਚਰ ਲੱਗ ਗਿਆ ਤੇ ਮੁਬਾਰਕਾਂ ਨੇ ਮੇਰੇ ਮਿੱਤਰਾਂ ਪਰ ਇੱਧਰ ਲੱਗਦਾ ਹੋਇਆ ਚੋਰ ਤੇ ਗਲਤੀ ਕਬਰੂ ਕਰ ਗਿਆ ਮੈਦਾਨ ਦੇ ਵਿੱਚ ਹੈਲੋ ਬਾਈ ਜੱਸਾ ਰਾਏਸਰ ਵਾਲਾ ਜਾਲ ਵਾਲੇ ਗਰਾਊਂਡ 'ਚ ਪਹੁੰਚੇ ਜੱਸਾ ਰਾਏਸਰ ਬਾਈ ਇਕੱਲਾ ਹੀ ਆਵੇ ਜੱਸਾ ਰਾਏਸਰ ਜਾਲ ਵਾਲੇ ਗਰਾਊਂਡ 'ਚ ਹੈਲੋ ਬਾਈ ਜੱਸਾ ਰਾਤਰ ਜਾਲ ਵਾਲੇ ਗਰਾਊਂਡ 'ਚ ਪਹੁੰਚੇ ਜੱਸਾ ਰਾਏਸਰ ਹੈਲੋ ਬਾਈ ਜੀ ਆਓ ਜਾਲ ਵਾਲੇ ਗਰਾਊਂਡ ਦੇ ਉੱਤੇ ਰਾਏਸਰ ਵਾਲਾ ਜੱਸਾ ਪਹੁੰਚੇ ਜੀ ਔਰ ਨਾਲ ਹੀ 4 ਨੰਬਰ ਗਰਾਊਂਡ ਦੇ ਉੱਤੇ ਬਾਬਾ ਜੀ ਪਾਣੀ ਪਾਉਣਾ ਤਾਂ ਕਰ ਦਿਓ ਜੀ ਵੀਰ ਉੱਧਰ ਮੈਚ ਲਾਈ ਬੈਠੇ ਨੇ 4 ਨੰਬਰ ਗਰਾਊਂਡ ਦੇ ਵਿੱਚ ਵੀ ਔਰ ਸਾਹਮਣੇ ਆ ਵੀ ਮੈਚ ਬੜਾ ਟੌਪ ਦਾ ਪਹਿਲਾ ਸੈਮੀ ਹੈ ਜਿਹੜੀ ਟੀਮ ਜਿੱਤ ਗਈ ਹੈ ਇੱਕ ਵੱਡੇ ਪ੍ਰਾਈਜ਼ ਤੇ ਮੋਹਰ ਲੱਗ ਜਾਣਾ ਵੱਡੀ ਗਿਣਤੀ 'ਚ ਭਰਾ ਸਾਡੇ ਲਾਈਵ ਜੁੜੇ ਨੇ ਹੈ ਜਿਹੜੀ ਟੀਮ ਇੱਧਰਲੇ ਪਾਸੇ ਖੇਡ ਰਹੀ ਹੈ ਸਟੇਜ ਵਾਲੇ ਪਾਸੇ ਮੈਂਟੀ ਸ਼ਰਮਾ ਕਲੱਬ ਚੈਣਿਆ ਉਹਦੀ ਟੀਮ ਆ ਸ਼ਹਿਬਾਜ਼ਪੁਰੀਏ ਨੂੰ ਦੁਨੀਆ ਤੂਫਾਨ ਕਹਿੰਦੀ ਹੈ ਨਾ ਵੀ ਸੱਤਿਆ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਵੀ ਤੂਫਾਨ ਆਇਆ ਹੋਇਆ ਅੱਜ ਚਾਂਗਲੀ ਦੇ ਵੱਡੇ ਕੱਪਦੇ ਆ ਉਹ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਖੱਬੇ ਪਾਸੇ ਮੈਂ ਤੱਕ ਰਿਹਾ ਵੀ ਚੈਣਿਆ ਆ ਗੁਰਜੀਤ ਆ ਵਰਾ ਕਹਿੰਦੇ ਮੁੰਡਾ ਮਿਹਨਤੀ ਆ ਤੇ ਨਾਲ ਮੈਂ ਤੱਕਦਾ ਵੀ ਚੈਣੇ ਵਾਲੀ ਆ ਪਰਮ ਖੇਡਦਾ ਨਿੱਟਦੇ ਆ ਇਹ ਮੁੰਡੇ ਦਾ ਸਨਮਾਨ ਮੈਂਟੀ ਸ਼ਰਮਾ ਨੇ ਗੱਡੀ ਨਾਲ ਕੀਤਾ ਔਰ ਨਾਲ ਸਨੀਆ ਕਹਿੰਦੇ ਠੁੱਲੀ ਵਾਲ ਪਿੰਡ ਦਾ ਨਾਲ ਬਾਬਾ ਰਾਮ ਵਰਗੇ ਮੁੰਡੇ ਖੇਡਦੇ ਨੇ ਤੇ ਕੱਲੀ ਕੱਲੀ ਆਖਾਂ ਕਹਿੰਦੇ ਸ਼ਹਿਬਾਜ਼ਪੁਰੀਏ ਦੇ ਤੂਫਾਨ ਸੱਦਿਆ ਹੋਇਆ ਅੱਜ ਕਹਿੰਦੇ ਮੈਂਟੀ ਸ਼ਰਮਾ ਕਲੱਬ ਚੈਣਿਆ ਦੀ ਟੀਮ ਨੇ ਹੈ ਤੇ ਦੂਜੇ ਪਾਸੇ ਮੁੰਡੇ ਦੋ ਜੈਪੁਰ ਵਾਲੇ ਨੇ ਆ ਇੱਕ ਪਾਸੇ ਮੈਂ ਤੱਕ ਰਿਹਾ ਵੀ ਹੈ ਮੋਂਟੀ ਦੇ ਸੋਨੂ ਖੇਡ ਰਹੇ ਆ ਪਰ ਆਹ ਮੁੰਡਾ ਕਹਿੰਦੇ ਮੇਰੇ ਮਿੱਤਰੋ ਵਾਲੀਬਾਲ ਦਾ ਬੱਬਰ ਸ਼ੇਰ ਖਲੋਦਾ ਅੰਕ ਤਾਂ ਪਥਰੇੜੀ ਵਾਲਾ ਠੁੱਲੀ ਵਾਲੀ ਆ ਜੇ ਫਾਈਨਲ 'ਚ ਜਗ੍ਹਾ ਬਣਾਉਣੀ ਆ ਤੇ ਬਾਲਾਂ ਮੋੜਦੀਆਂ ਪੈਣਗੀਆਂ ਅੰਕ ਦੀਆਂ ਤੇ ਕਹਿੰਦੇ ਸ਼ਹਿਬਾਜ਼ਪੁਰੀਏ ਨੂੰ
जिन्हें तुड़िया जुत्तियां वालीवाल खेल के भी अज पता लगना किन्ने रिकॉर्ड बोल रहे हैं। नारे जोर शहबाजपुरिया ट्राई ते कर रहा पर मोड़ी आंदे मुंडे ना भी बमाल वाला किन्ने हो गए पॉइंट जाना पुछ के दसी मेरा वीर निम्मे किन्ने हो गए बंदे वीर चार पे ना नहीं वाह भाई वाह चार पे तीन भी टक्कर है चार नंबर नहीं जुड़े हैं ट्राई ते करदा पर जैने वालिया निक्किया निक्किया गलतियां ने मित्रा बहुत दूर कर देना फाइनल तो हुण ते ना ओ मेला ना ओ मेला मित्रा और ध्यान जरा करना पैना खेल के मैदान च एक पासे टीम है पंजाब की है परले पासे मुंडे कहते हरियाणे वाले है दो मुंडे राजस्थान वाले खेल रहे ने और खेल के मैदान के टक्कर कहते बढ़ी है तूफान आया होया और राम वधावे सो वधे बल कर वधे ना कोए राम वधावे सो वधे बल कर वधे ना कोए टक्कर कहते टॉप दी है मेरे मित्रों नंबर एक होर जुड़ गया राम थोड़ा ध्यान करना पैना है भी दस मित्रा किने किने ने पांच हो गए छे तीन ठीक है जी छे तीन की टक्कर है छे नंबर है पथरेड़ी दे तीन नंबर मेहंदी शर्मा क्लब चैने वाली टीम रहा है बड़ा तौबला मैच खेडा जा रहा है हदों हद का फर्क है दोनों टीमों के दरम्यान एक कहते फसवीं टक्कर खेडी जा रही है कि मैच सैमी देख लो शुरू होन लग्या लग्या कप का फैसला होन देखो मारी हुई है बिसल देखो रैफरी ने ते दर्शक लगे ने ताड़ियां लाउण देखो और दोवें टीमां ही लाउणगियां जोर पूरा ते मार लैंदा है बाजी हुण कौण देखो जयपुर वाला आ मुंडा टीटू है जिहड़ा कहिंदे सैर ते खेलदा है ते उतले पासे पिछा उहदे कमल खेलदा मुंडा वालीवाल दा कहिंदे प्रिंस खड़ोंदा ਵੱਡੇ ਕਹਿੰਦੇ ਮੇਲੇ ਹੁੰਦੇ ਆ ਜੈਪੁਰ ਚ ਤੇ ਪਹਿਲ ਦੇ ਆਧਾਰ ਤੇ ਕਮਲ ਦੀ ਮੰਗ ਹੁੰਦੀ ਹੈ ਮੇਰੇ ਮਿੱਤਰੋ ਆਹ ਖਿਡਾਰੀ ਹੈ ਜੈਪੁਰ ਵਾਲਾ ਜਿਹੜਾ ਕਹਿੰਦੇ ਹੁਣ ਟੀਚਰ ਦੀ ਜੋਬ ਕਰਨ ਲੱਗ ਗਿਆ ਮੁੰਡਾ ਬੜਾ ਪੜ੍ਹਿਆ ਲਿਖਿਆ ਖਿਡਾਰੀ ਹੈ ਛੇ ਤੇ ਤਿੰਨ ਦੀ ਟੱਕਰ ਹੈ ਗੁਰਲਾਲ ਕਾਰਗਲ ਮੈਚ ਬੜਾ ਵਧੀਆ ਖੇਡੇ ਜਾ ਰਿਹਾ ਹੈਲੋ ਲਓ ਇੱਧਰ ਛੇ ਤੇ ਕਹਿੰਦੇ ਤਿੰਨ ਦੀ ਟੱਕਰ ਹੈ ਮਿੱਤਰਾ ਗਰਾਊਂਡ ਦੇ ਵਿੱਚ ਪਰ ਉੱਧਰ ਮੈਂ ਦੇਖਦਾ ਵੀ ਫਾਲ ਜਿਹੜੀ ਆਊਟ ਹੈ ਹਰ ਫੱਟਾ ਮੈਚ ਖੇਡਿਆ ਜਾ ਰਿਹਾ ਹੈ ਹਰ ਛੱਤ ਤੇ ਮੈਨੂੰ ਲੱਗਦਾ ਵੀ दुनिया के महंगे मुल के प्लेयर है ये चर्चे दुनिया के बच्चे आओ साडे फटे वीर जी होंगे है पर आ कहते वालीबाल का पप्पर शेर आया होया है अज के सफटे मेले के उ यूपी शास्त्री बी चाल आले ग्राउंड चाह यूपी शास्त्री ला भी आज चाल आले ग्राउंड च वीर जी जिहड़े वीरां नूं भरा साडे चेते करदे ने जाओ जी यूपी वाले मुंडे जाल वाले ग्राउंड च पिंड दे मेन ग्राउंड चले जाण आ इधरले पासे मैं तक रहा भी है शास्त्री जी आयो इधर जोधे जोधे आउंदे यार ओ सुखे आउंदे अंदर यार की हो गया तेरे रोकी जाने यार आउं तो फिर यार बड़ा यार ਗੁਰਮੁਖ ਇੱਥੇ ਬਹਿ ਜਾ ਯਾਰ 10 ਮਿੰਟ ਨਾ ਸ਼ੁਰ ਕਿਉਂ ਮਰੀ ਨਾ ਕਮਾਲ ਤੂੰ ਖੇਡੀ ਕ੍ਰਿਕਟ ਤੇ ਮੈਂ ਇਤਰਾਜ ਲਾਉਂਦਾ ਗੁਰੀ ਨੂੰ ਪੁੱਛੀ ਧੌਲ ਮਾਜਲਾ ਇੱਥੇ ਹੋ ਗਈ ਲਓ ਸਾਹਮਣੇ ਕਹਿੰਦੇ ਸਵਾਦ ਵਧਿਆ ਪਿਆ ਖੇਡ ਦੇ ਮੈਦਾਨ ਦੇ ਉੱਤੇ 6 ਤੇ 3 ਦੀ ਟੱਕਰ ਹੈ ਸਰਬੋ ਜਿਹੜੀ ਇੱਕ ਵਾਰ ਫੇਰ ਚੇਂਜ ਹੋ ਗਈ ਹੈ
इधर चैने वाली आ परमा कहते बड़ा नित मैना है उधर पथरेड़ी वाला बाला कहते लगातार ही लाई तुरिया आता है इधर शहबाजपुर भी है वे रिकॉर्ड बोल रहे हैं भी जिथे तक जाके लोग तौबा कर जाते हैं आप उतो शुरुआत करी दी है ते कर दिते नेर आप जिन्या दिन च चिट्टी काली बोली रात करी दी है कम तो ताने कदे है आओ कदे पैर नहीं छे पूरे कागजी हालात बोल रहे है ते मित्रा नू बोलने की लोड़ कोई ना साडे बल्लिया रिकॉर्ड बोल रहे है आओ मित्रा नू बोलने की लोड़ कोई ना साडे बल्लिया रिकॉर्ड बोल रहे इधर बाल जी आउट है एक बार फिर सर्विस जी चेंज है इधरले पासे में तक रहा भी है शहबाजपुरी सत्ता दुनिया तूफान कहती है मुंडा उपलों का खबे पासे सनी है थुली वाल पिंड का सजे पासे गुरजीत बाबे वर्गे राम वर्गे परम वर्गे जिले कहते मानसा के एक बड़ी टीम बना के लेके आई रही है इधर थुली वाली खबे पासे किया शहबाजपुरी मित्रा गल बननी नहीं बनानी पैनी है और गल जड़ी बननी नहीं है बनानी पैनी है लाओ सर्व जड़ी चेंज है भी छे तीन दिन अपन ले छे तीन दिन दी हजे भाई कमेटी फैसला करती है चुप्पी शास्त्री का मैच हले कोई सजा दिता नहीं हले उन्होंने हसी जाता आसे पासे जिन्हें भी रब रूपी संगत है सारी संगत ही मैं बहुत बड़ा धन्यवाद करना जेडे भीर हाले तक भी ग्राउंड के नाल जुड़े ने बहुत बड़ा धन्यवाद है जेडे भरावान ने अज्ज के टूरनामेंट को सफल बनाया रल मिल गए हेलो पाल भीरे यूपी शास्त्री का हजे कोई डिसीजन नहीं आया मैच जित गया यूपी शास्त्री पर तराज लग्या हुआ सी और सामने इधरले पासे छे ते तीन की टक्कर अदो अद का फर्क पै गया पथरेड़ी वाला सारे ग्राउंड की नंबरदारी सामी फिर कल ही मुंडा बड़ा वधिया मैच खेलता जा रहा भी पंजाब के हरियाणे का यह मैच मित्रों भी फस गई गुंडिया बार बैठे लोगों गल टीम आओ दोनों चंगिया मार मार शाटा भेड़े कदन गए अग पई है आओ कौन किन्ने पानी पता जाना लग पई है कौन किन्ने पानी पता जाना लग पई जवान करी लाइव के मूहे सारे भी जे बंदे सब तो प्रूफ ना सो हो एक मिनट जी मैं बेनती करता वीरां नूं भरा बन के मैच जिहड़ा त्रास सीगा जी ठीक है जी जिहड़ा अज दे खे टूरनामेंट दा मेरे पिछले मैच दे विच त्रास लग्या होया सीगा ਬਾਈ ਜੀ ਇਤਰਾਜ ਦਾ ਸੁਣ ਲਿਓ ਕੀ ਫੈਸਲਾ ਹੋਇਆ ਜੀ ਇਤਰਾਜ ਦਾ ਫੈਸਲਾ ਦੂਰ ਆਪਣੇ ਕੋਲੇ ਕਾਫੀ ਆਏ ਫਿਰਦੇ ਨੇ ਤੇ ਪ੍ਰੂਫ ਇੱਥੇ ਲਿਆ ਨਹੀਂ ਸਕਦੇ ਆਪਣੇ ਕੋਲ ਆਪਾਂ ਨੂੰ ਵੀ ਪਤਾ ਹੈ ਰਾਤ ਵੀ ਬੜੀ ਹੋ ਚੁੱਕੀ ਹੈ ਔਰ ਉਹ ਸਾਰੇ ਖਿਡਾਰੀਆਂ ਨੂੰ ਅਲੱਗ ਅਲੱਗ ਕਰਕੇ ਉਹਨਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਗਈ ਜੋ ਵੀ ਹੈ ਉਹਨਾਂ ਦੇ ਬਿਆਨ ਸੀਗੇ ਸਾਰਿਆਂ ਦੇ ਉਹ ਆਪਸ ਵਿੱਚ ਮਿਲਦੇ ਜੁਲਦੇ ਆ ਸਾਰੇ ਜਿੰਨੇ ਵੀ ਬਿਆਨ ਆਸੇ ਪਾਸੇ ਅਲੱਗ ਅਲੱਗ ਕਰਕੇ ਉਹਨਾਂ ਤੋਂ ਬਿਆਨ ਲਏ ਗਏ ਜਿਹੜੇ ਪੁੱਛਗਿੱਛ ਕੀਤੀ ਹੈ ਉਹਦੇ ਆਧਾਰ ਤੇ ਆ ਜਿਹੜਾ ਪਿਛਲਾ ਮੈਚ ਸੀਗਾ ਉਹਦੇ ਵਿੱਚੋਂ ਯੂਪੀ ਦੀ ਟੀਮ ਨੂੰ ਜਿਹੜਾ ਇੱਕ ਵਾਰੀ ਜੇਤੂ ਕਰਾਰ ਦੇ ਦਿੱਤਾ ਗਿਆ ਵੀ ਮੁੰਡੇ ਮੈਚ ਜਿੱਤ ਗਏ ਨਹੀਂ ਹੈ ਦੀਪ ਸਿੰਘ ਇਹ ਕਹਿ ਰਿਹਾ ਵੀ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਦੇ ਜੇਕਰ ਉਹ ਜਿਹੜੇ ਪਲੇਅਰਾਂ ਵਾਲੇ ਜਿਹੜੇ ਦੋ ਪਲੇਅਰਾਂ ਦਾ ਸਿਹੜਾ ਉਹਨਾਂ ਦੇ ਤਰਾਸ ਸੀਗਾ ਵੀ ਜੋ ਪ੍ਰੂਫ ਨਹੀਂ ਸ਼ੋ ਕਰਦੇ ਨਹੀਂ ਪ੍ਰੂਫ ਸਹੀ ਕਰ ਪਾਉਂਦੇ ਤੇ ਅੱਜ ਜਿਹੜਾ ਟੂਰਨਾਮੈਂਟ ਤੇ ਉਹ ਬੇਸ਼ੱਕ ਜਿਹੜੀ ਮਰਜ਼ੀ ਪੋਜੀਸ਼ਨ ਤੇ ਰਹਿਣਾ ਯੂਪੀ ਦੀ ਟੀਮ ਜਿਹੜੀ ਵੀ ਮਰਜ਼ੀ ਪੋਜੀਸ਼ਨ ਤੇ ਰਹੇ ਉਹ ਪੋਜੀਸ਼ਨ ਦਾ ਸਾਰਾ ਪ੍ਰਾਈਜ਼ ਕਹਿੰਦੇ ਰਾਜਸਰ ਦੀ ਟੀਮ ਨੂੰ ਦੇ ਦਾਂਗੇ ਆਪਾਂ ਜੱਸਾ ਸਹਿਮਤ ਆ ਔਰ ਜੇ ਤੁਸੀਂ ਵੀ ਸਹਿਮਤ ਇੱਕ ਵਾਰੀ ਜ਼ਰੂਰ ਤਾੜੀ ਮਾਰ ਦਿਓ ਮੇਰਾ ਵੀਰ ਬਣ ਕੇ ਆਪਾਂ ਦੂਰੋਂ ਆਈ ਟੀਮ ਦੋਨਾਂ ਟੀਮਾਂ ਦਾ ਇਹ ਸਾਂਝਾ ਫੈਸਲਾ ਮਿਲ ਜੁਲ ਕੇ ਕੀਤਾ ਕਮੇਟੀ ਵਾਲੇ ਭਰਾਵਾਂ ਨੇ ਰਲ ਕੇ ਆਉਣ ਵਾਲੇ ਟੂਰਨਾਮੈਂਟ ਦੇ ਉਹਨਾਂ ਦੋਨਾਂ ਵੀਰਾਂ ਦੇ ਪ੍ਰੂਫ ਜਿਹੜੇ ਉਹ ਸ਼ੋਅ ਕੀਤੇ ਜਾਣਗੇ ਸ਼ਾਸਤਰੀ ਵੀ ਸਹਿਮਤ ਆ ਜੱਸਾ ਵੀ ਸਹਿਮਤ ਆ ਠੀਕ ਹੈ ਜੀ ਸ਼ਾਸਤਰੀ ਨੇ ਜਵਾਨ ਕਰੀ ਆਪਣੇ
और शास्त्री ते भाई उन्होंने साथी खिलाड़ियों ने लाइव पूरे जवान कीतिया है भी जेकर प्रूफ नहीं शो कर पाते नहीं सिद्ध कर पाते तो जेड़ा प्राइज देगा सारा वह रायसर की टीम को दिता जाएगा जी। आओ जी जुड़िए मैच के नाल भाड़ा भी छे तीन दिन बाद रख लो कोई नहीं ਸ਼ਹਿਬਾਜਪੁਰੇ ਵਾਲਿਆ ਪਾਣੀ ਸਿਰ ਤੋਂ ਲੰਘਦਾ ਲੱਗਦਾ ਤੈਨੂੰ ਤੂਫਾਨ ਕਹਿੰਦੀ ਆ ਤੇ ਮਿੱਤਰਾਂ ਬੱਲੇ ਬੱਲੇ ਅਰਚਨਾ ਨਾ ਕਰਵਾਈ ਤੇ ਫੇਰ ਕਦੋਂ ਕਰਵਾਉਣੀ ਆ ਸਤਨਾਮ ਫਰ ਤਿਆਰੀ ਪਰ ਖੁੱਲੀ ਵਾਲੀ ਆ ਉਹ ਵਾਸੀ ਕਰਨੀ ਪੈਣੀ ਆ ਨੰਬਰ ਨੌਵਾਂ ਜੁੜ ਗਿਆ ਆਓ ਸਾਹਮਣੇ ਨੌ ਬਿਲਕੁਲ ਬਿਲਕੁਲ ਡੀਸੀ ਦੋਨਾਂ ਟੀਮਾਂ ਦੀ ਆਪਾਂ ਸਾਂਝੀ ਗੱਲ ਰੱਖੀ ਆ ਵੀਰੇ ਅਗਲੀ ਸਰਵਿਸ ਆਪਾਂ ਨੂੰ ਆਓ ਕੁੰਡਾ ਕਦੇ ਜੈਪੁਰ ਵਾਲਾ ਕਮਰ ਤਿਆਰ ਪਰ ਤਿਆਰ ਹੈ ਦੋਨੋਂ ਟੀਮਾਂ ਇੱਕੋ ਜੀ ਆ ਵੀਰੇ ਸਾਂਝਾ ਫੈਸਲਾ ਲੈਤਾ ਤਾਂ ਹੀ ਕਰਕੇ ਬਈ ਬਾਈ ਫੋਨ ਪੇ ਸਵੀ ਦਿਖਾ ਦਈਏ ਡਾਕੂਮੈਂਟ ਬਾਈ ਫੋਨ ਪੇ ਦਿਖਾ ਦਈਏ ਉਹਨੂੰ ਉਹ ਖੜੀ ਗੱਲ ਖਜ਼ਾਨਚੀ ਖਜ਼ਾਨਚੀ ਮਾਰੀ ਖਜ਼ਾਨਚੀ ਨਾਲ ਹੀ ਸਾਡੇ ਖਜ਼ਾਨਚੀ ਸਾਹਿਬ ਆ ਜਾਣ ਹੈਪੀ ਸਾਡਾ ਵੀਰ ਖਜ਼ਾਨਚੀ ਕਿਰਪਾ ਕਰਕੇ ਸੰਪਰਕ ਕਰੇ ਬਾਈ ਵਰਿੰਦਰ ਦੇ ਨਾਲ ਮੈਂ ਬੇਨਤੀ ਕਰਦਾ ਵੀਰ ਨੂੰ वोटर कार्ड देखना स्कूल का सर्टिफिकेट देखना बाकी सारी डिटेल जिहड़ी आपां लिखी आ ओह सही आ उहनां दी ਸਵਾਦ ਕਦੇ ਵਧਿਆ ਪਿਆ ਨੰਬਰ ਮੇਰੇ ਮਿੱਤਰੋ 3-4 ਸ਼ਹਿਬਾਜਪੁਰੇ ਵਾਲਾ ਕਰਦਾ ਬਾਈ ਸਵੀ ਸਹੀ ਨਿਕਲਾ ਹੁਣ ਕਾ ਜੋ ਸਣੀ ਨੇ ਕਰਵਾਉਣੀਆਂ ਪੁੱਛੇ ਨਾ ਅਲੱਗ ਅਲੱਗ ਲਿਜਾ ਕੇ ਬੰਦੋ ਕੋ ਉਹ ਸਹੀ ਹੋਏ ਬਾਈ 100% ਸ਼ੇਰੂ ਦਾ ਅਗਲਾ ਮੈਚ ਹੀ ਆ ਚਾਂਗਲੀ ਨਾਮ ਰੇ ਚਾਂਗਲੀ ਦਾ ਅੱਜ ਭਾਜੋ ਬਣ ਪਿਆ ਪਹਿਲਾਂ ਸੈਮੀ ਖੇਡਾ ਜਾ ਰਿਹਾ ਅਗਲਾ ਮੈਚ ਸੁੱਖਾ ਚਾਂਗਲੀ ਯੂਪੀ ਸ਼ਾਸਤਰੀ ਵੀਰੇ ਰਾਏਕੋਟ ਦਾ ਜਿੰਦਰ ਤੇ ਗੋਪੀ ਆਏ ਹੋਏ ਨੇ ਅੱਜ ਪਿੰਡ ਦੀ ਟੀਮ ਦੇ ਲਈ ਹੈ ਸੈਮੀ ਜਾਂ ਪਿੰਡ ਦੀ ਟੀਮ ਕਿੰਨੇ ਵੱਡੇ ਮਾਣ ਵਾਲੀ ਗੱਲ ਆ ਪਰ ਆਹ ਮੈਚ ਕਹਿੰਦੇ ਇੱਕ ਫਾਈਨਲ ਮੈਚਾਂ ਵਰਗਾ ਮੈਚ ਆ ਔਰ ਸਾਹਮਣੇ ਲੋਕਾਂ ਦੇ ਕਹਿੰਦੇ ਅੰਦਾਜ਼ੇ ਆ ਵੀ ਕੌਣ ਜਿੱਤੂਗਾ ਤੇ ਕੌਣ ਸਿੱਖੂਗਾ ਔਰ ਸਾਹਮਣੇ ਬਾਹਰ ਜਿਹੜੀ ਆਊਟ ਹੈ 4 ਹੋ ਗਏ ਨਾ ਆਪਣੀ 4-9 ਇਹ ਕੌੜਾ ਕੌੜਾ ਇਹਦਾ ਕੌੜਾ ਬਾਬਾ ਕੌੜਾ ਲਾਲ 4-9 ਦੀ ਟੱਕਰ ਹੈ 4-9 ਦਾ ਮੁਕਾਬਲਾ ਪੰਜਾਂ ਪੁਆਇੰਟਾਂ ਦਾ ਫਰਕ ਹੈ ਸ਼ਹਿਬਾਜਪੁਰੀਏ ਨੇ ਅਗਲੀ ਸਰਵ ਜਿਹੜੀ ਕਰ ਦਿੱਤੀ ਹੈ ਮੁੰਡਾ ਕਹਿੰਦੇ ਉੱਪਲਾਂ ਦਾ ਖੇਡ ਦੇ ਮੈਦਾਨ ਚ ਬੱਲੇ ਬੱਲੇ ਕਰਵਾਈ ਤੁਰਿਆ ਜਾ ਰਿਹਾ ਹੈ ਦੂਜੇ ਪਾਸੇ ਟੀਮ ਅੱਗੇ ਪਥਰੇੜੀ ਦੀ ਪੀਟੂ ਜੈਪੁਰ ਦੇ ਕਮਲ ਜੈਪੁਰ ਸਾਹਮਣੇ ਪੂਰੇ ਦਿੰਦੇ ਆ ਔਰ ਰਸ਼ੀਨ ਵਾਲਿਆ ਕਾਲਿਆ
ਖੇਡ ਕੇ ਵਾਲੀਵਾਲ ਸਭ ਅਰਮਾਨ ਹੋਦੇ ਪੂਰੇ ਦਿਲ ਦੇ ਆ ਦਿਲਾਂ ਦੇ ਅਰਮਾਨ ਪੂਰੇ ਕਰਨ ਵਾਲੀ ਖੇਡ ਆ ਉਧਰ ਭਰਾਸਾ ਦਾ ਬਲਪ੍ਰੀਤ ਗਿੱਲ ਕੈਨੇਡਾ ਤਲਵੀਰ ਅਮਲੋਕ ਕੈਨੇਡਾ ਸਾਡੇ ਵਾਲੀਵਾਲ ਦੇ ਗੋਲਡਨ ਸਪੌਂਸਰ ਇਹਨਾਂ ਮੈਚਾਂ ਦੇ ਨਾਲ ਜੁੜੇ ਹੋਏ ਨੇ ਪਿੱਲਾ ਸੰਗੋਵਾਲੀਆ ਰਵੀ ਸ਼ੀਮੀਆਰ ਕੈਨੇਡਾ ਇਹ ਭਰਾਵਾਂ ਦਾ ਆਪਾਂ ਹਮੇਸ਼ਾ ਜਿਹੜਾ ਜ਼ਿਕਰ ਕਰਦੇ ਰਵਾਂਗੇ ਕਿਉਂਕਿ ਭਰਾਵਾਂ ਨੇ ਮਾਣ ਕਰੇ ਖਿਡਾਰੀਆਂ ਦੇ ਔਰ ਨਾਲ ਸਾਡੇ ਭਰਾ ਨੇ ਬਲਵੰਤ ਪੁਲਬਸੀਆਂ ਆਉਣੀ ਹੈ ਨਾਲ ਭਰਾ ਸਾਡਾ ਗੁਰਭੇਜ ਆ ਨੱਥੋਵਾਲੀਆ ਸਾਰੇ ਵੀਰ ਜਿਹੜੇ ਲਾਈਵ ਜੁੜੇ ਆ ਫੁੱਲੀ ਵਾਲੀ ਆ ਸਨੀ ਉਹ ਕਰਾਉਂਦਾ ਕਹਿੰਦੇ ਬੰਦੇ ਬੰਦੇ ਮੇਰੇ ਮਿੱਤਰੋ ਉਧਰ ਸਾਡਾ ਵੀਰ ਹੈ ਚੰਨੀ ਖੇੜਾ ਯੂਐਸਏ ਵਾਲਾ ਉਹ ਵੀ ਲਾਈਵ ਜੁੜਿਆ ਔਰ 5 ਮਾਰਚ ਨੂੰ ਕਹਿੰਦੇ ਗੱਲਾਂ ਲੱਗਣਗੀਆਂ ਟਿਕਾਣੇ ਚੰਨੀ ਖੇੜਾ ਸਾਡਾ ਵੀਰ ਸੱਦੇ ਲਾ ਰਿਹਾ ਹੈ ਚਾਹ ਲੈ ਵੀਰ ਜੀ ਚਾਹ ਲਾ ਬੰਦੇ ਕੋਲੇ ਸਰ ਆਪਣੇ ਇੱਕ ਆਪਾਂ ਪਹਿਲਾਂ ਦੇਤਾ ਸੀ ਹਨਾ ਠੀਕ ਹੈ ਹਾਂ ਪ੍ਰਾਈਜ਼ ਬਾਈ ਜੀ ਚਾਹ ਲੈ ਵੀਰ ਲਾਈਵ ਵਾਲੇ ਵੀਰਾਂ ਕੋਲ ਚਾਹ ਭੇਜ ਦੋ ਜੀ ਚਾਹ ਲੈ ਵੀਰਾਂ ਨੂੰ ਮੈਂ ਬੇਨਤੀ ਕਰਦਾ ਔਰ ਨਾਲ ਹੀ ਉਧਰ ਭਰਾ ਸਾਡੇ ਜਿਨ੍ਹਾਂ ਨੇ ਹਮੇਸ਼ਾ ਜਿਹੜਾ ਮਾਨ ਕੀਤਾ ਜਗਦੀਪ ਢਿੱਲੋਂ ਆ ਸਾਡਾ ਬਾਈ ਥੰਮਣ ਵਾਲੀਆ ਹੈ ਕਾਲਾ ਸਾਡਾ ਵੀਰ ਆਸਟ੍ਰੇਲੀਆ ਵਾਲਾ ਰੰਮਾ ਆਸਟ੍ਰੇਲੀਆ ਪੌਂਡਿਆਂ ਵਾਲੇ ਭਰਾਵਾਂ ਨੇ ਮਾਨ ਕੀਤਾ ਹਮੇਸ਼ਾ ਪੌਂਡਿਆਂ ਵਾਲੇ ਰੰਗੀ ਵਰਗੇ ਆ ਜਿਹੜੇ ਭਰਾਵਾਂ ਨੇ ਪਹਿਲੀਆਂ ਚ ਸਾਥ ਦਿੱਤਾ ਹੈ ਬੁਲਾਡੇ ਵਾਲੇ ਪਿੰਡ ਦਾ ਲੱਭੂ ਸਾਡਾ ਵੀਰ ਹੈ ਕਾਠਾਂ ਦੀ ਟੀਮ ਦਾ ਆਪਾਂ ਕਿਹੜੇ ਵੀ ਦੇਣ ਨਹੀਂ ਦੇ ਸਕਦੇ ਆ ਜਿਨ੍ਹਾਂ ਨੇ ਨਾ ਗਰਾਊਂਡਾਂ ਦਾ ਸ਼ਿੰਗਾਰ ਬਣਾ ਦਿੱਤਾ ਹੈ ਬਾਈ ਕਰਦੇ ਆ ਗੱਲਬਾਤ ਜੀ ਵੇਟ ਮੈਂ ਮਾੜਾ ਟੀਮਾਂ ਦਾ ਇੱਧਰ ਕਰੀ ਜਾਂਦਾ ਜੀ ਐਡਜਸਟਮੈਂਟ ਕਮੈਂਟ ਲੰਘਦੇ ਹੋਣਗੇ ਬਾਈ ਕਰਦੇ ਆ ਗੱਲਬਾਤ ਜੀ ਵੇਟ ਪਰਚੀ ਤਰੀ ਕਨਾਲ ਨੂੰ ਤਾਂ ਦੇਤਾ ਕੋਈ ਉੱਠਦਾ ਨਹੀਂ ਗਿਆ ਕੋਈ ਮੈਂ ਕਿਹਾ ਤੈਨੂੰ ਫੜਾਇਆ ਸੀ ਸੋਨੀ ਹੈਲੋ ਬਹੁਤ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਸਾਈਡਾਂ ਚੇਂਜ ਹੋ ਜਾਣਗੀਆਂ ਜੇਕਰ ਆਹ ਪੁਆਇੰਟ ਜਿੱਤੂਗੇ ਬਾਈ ਜੀ ਫਲੈਸ਼ ਬੰਦ ਕਰ ਲਓ ਵੀਰ ਜੀ ਮੁਕਾਬਲਾ ਜਿਹੜਾ ਬੜਾ ਸੋਹਣਾ ਖੇਡਿਆ ਜਾ ਰਿਹਾ ਖੇਡ ਦੇ ਗਰਾਊਂਡ ਦੇ ਅੰਦਰ ਬਾਈ ਕੀ ਸਕੋਰ ਅਮਣੀ 4-9 ਦੀ ਟੱਕਰ ਓਕੇ 4-9 ਸਕੋਰ ਆ ਜੀ 4-9 ਔਰ ਫਰਕ ਮਿੱਤਰਾ ਬਹੁਤ ਵੱਡਾ ਪੈ ਗਿਆ ਵੀ ਆਹ ਇੱਕ ਚਾਨਕ ਪਿੰਡ ਨੂੰ ਜਾਂਦੀ ਸੜਕ ਸੋਹਣਿਆ ਵੇ ਵੀ ਪੈਂਦਾ ਪੈਂਦਾ ਪੈ ਜਾਂਦਾ ਏ ਆਹ ਫਰਕ ਸੋਹਣਿਆ ਵੇ ਆਹ ਫਰਕ ਕਹਿੰਦੇ ਵੱਡਾ ਪੈ ਗਿਆ ਮਿੱਤਰਾ ਖੇਡ ਦੇ ਗਰਾਊਂਡ ਦੇ ਵਿੱਚ ਚੋਰ ਲੱਗਿਆ ਪਿਆ ਤੇ ਚੋਰ ਲੱਗੇ ਵੀ ਕਿਉਂ ਨਾ ਕਿਉਂਕਿ ਚਾਂਗਲੀ ਦਾ ਵੱਡਾ ਮੇਲਾ ਹੈ ਪਰ ਰਾਮ ਗਲਤੀ ਕਰ ਗਿਆ ਮਿੱਤਰਾ ਗਰਾਊਂਡ ਦੇ ਵਿੱਚ ਹਾਂਜੀ ਸ਼ੇਰ ਸਿੰਘ ਜੀ ਕਮਲ ਧਾਲੀਵਾਲ ਜੀ ਵਾਲਾ ਜੀ ਯੂਪੀ ਨੂੰ ਟੁਕੜਾ ਦਿੱਤਾ ਗਿਆ ਵੀ ਹੋਰ ਦਬੋ ਗਏ ਸਾਰੀ ਬਾਕੀ ਜੇਕਰ ਨਹੀਂ ਦਿਖਾਉਂਗੀ ਤਾਂ ਸਾਰਾ ਪ੍ਰਾਈਜ਼ ਹੈ ਦਿੱਤਾ ਜਾਊਗਾ ਫਟ ਕੇ ਵੀ ਫਿਲਹਾਲ ਦੀ ਬੜਾ ਹੈਲੋ ਮੈਕ ਵਾਲੇ ਬਾਈ ਬਹੁਤ ਬਹੁਤ ਮੁਬਾਰਕਾਂ ਨੇ ਵੀਰਾਂ ਨੂੰ ਉਸ ਧਰਤੀ ਤੇ ਵੀ ਮੇਰੇ ਮਿੱਤਰੋਂ ਪਿੰਡ ਚੁੱਲਿਆਂ ਤੋਂ ਅੱਗ ਨਿਕਲੂ ਹਰ ਕਮਲ ਸੀਨੀਅਰ ਪਿੰਡ ਦਾ ਵੀਰ ਸਾਡਾ ਕਹਿੰਦਾ ਵੀ 4 ਤਰੀਕ ਨੂੰ ਵੱਡਾ ਮੇਲਾ ਖੇਡਿਆ ਜਾਣਾ ਤੇ ਨਾਲ 5 ਤਰੀਕ ਨੂੰ ਸੰਗੋਵਾਲ ਵਾਲਾ ਬਿੱਲਾ ਸੱਦੇ ਲਾ ਰਿਹਾ ਤੇ ਉਸ ਭਰਾ ਦੇ ਪਿੰਡ ਕਹਿੰਦੇ ਰੌਣਕਾਂ ਲੱਗਣਗੀਆਂ ਗੱਲਾਂ ਬਾਤਾਂ ਵੱਡੀਆਂ ਨੇ 11 ਤਰੀਕ ਕਿਰਪਾਲੇ ਵਾਲੇ ਦਾ ਮੇਰੇ ਮਿੱਤਰ ਵਿੱਕੀ ਸੱਦੇ ਲਾ ਰਿਹਾ ਹਰ 16 ਤਰੀਕ ਨੂੰ ਘਨੌਰ ਵਾਲੇ ਮੁੰਡੇ ਸੱਦੇ ਲਾ ਰਿਹਾ 18 ਤਰੀਕ ਨੂੰ ਜਿਹੜੇ ਸਰੋਂ ਦੇ ਵੱਡੇ ਮੇਲੇ ਦੀ ਗੱਲ ਹੋਵੇਗੀ ਇਹ ਬਾਈ ਫਰਵਰੀ ਮਹੀਨੇ ਦੇ ਮੇਲੇ ਦੀ ਗੱਲ ਆਪਾਂ ਕਰਦੇ ਹਾਂ ਹਰ ਮੈਚ ਕਹਿੰਦੇ ਵੱਡਾ ਖੇਡਿਆ ਜਾ ਰਿਹਾ ਫਰਕ ਬਹੁਤ ਵੱਡਾ ਪੈ ਗਿਆ ਮਿੱਤਰਾ ਤੇ ਫਰਕ ਕੱਢਣਾ ਪੈਣਾ ਵੀ ਰਿਹਾ ਚੱਲਦੇ ਹੋਏ ਮੈਚ ਦੀ ਆਓ ਗੱਲਬਾਤ ਵੱਡੀ ਆ ਤੇ ਉੱਧਰ 11 ਤੇ ਆਓ 4 ਦੀ ਟੱਕਰਾਂ ਮਿੱਤਰਾ ਹੈਲੋ ਲਾਓ ਜੀ ਵਰਿੰਦਰ ਆ ਲਓ ਜੀ ਚਾਹ ਆਪਣੀ
ਦਾਲੀ ਸਾਡਾ ਵੀਰ ਹੈਪੀ ਖਜਾਨਜੀ ਇੱਕ ਵਾਰੀ ਸੰਪਰਕ ਕਰਿਆ ਅੱਗੇ ਵਰੇ ਹੈਪੀ ਖਜਾਨਜੀ ਬਾਈ ਸਾਡਾ ਅਜੇ ਬੇਨਤੀ ਹੈ ਮੇਰੀ ਆ ਕੇ ਜ਼ਰੂਰ ਕਰ ਲਵੇ ਸੰਪਰਕ ਲੈ ਵੀ ਦਸੀ ਨੰਬਰ ਕਿੰਨੇ ਕਿੰਨੇ ਨੇ ਆਪਣੀ ਕਿੰਨੇ ਆ ਦਸ ਗਿਆਰਾਂ ਤੇ ਚਾਰ ਗਿਆਰਾਂ ਦੇ ਚਾਰ ਦਾ ਮੁਕਾਬਲਾ ਖੇਡਿਆ ਜਾ ਰਿਹਾ ਗਿਆਰਾਂ ਨੰਬਰ ਆ ਪਥਰੇੜੀ ਦੀ ਟੀਮ ਦੇ ਆਓ ਨੰਬਰ ਜਿਹੜਾ ਆ ਹੈਪੀ ਖਜਾਨਜੀ ਭਰਾ ਸਾਡਾ ਵਰਿੰਦਰ ਨੂੰ ਅੱਗੇ ਮਿਲੇ ਵੀਰੇ ਬੇਨਤੀ ਵੀਰ ਸਾਡੇ ਨੂੰ ਹਾਂਜੀ ਸਰ ਕੀ ਗੱਲ ਹੋ ਗਈ ਭਾਈ ਠੀਕ ਹੈ ਵੀਰੇ ਭਾਈ ਬੂ ਸਪਰੇ ਲੈ ਕੇ ਜੀ ਭਾਈ ਬੂ ਸਪਰੇ ਹੈਗੇ ਦੇਖੋ ਹੈਲੋ ਰਾਊਂਡ ਸੈਮੀ ਆ ਵੀਰੇ ਆਪਣਾ ਚੈਨਲ ਤੇ ਬਾਈ ਜੀ ਬੂ ਸਪਰੇ ਕੌਣ ਲੈ ਕੇ ਗਿਆ ਜੀ ਸਵੇਰ ਤੋਂ ਦੂਜਾ ਸੈਮੀ ਯੂਪੀ ਸ਼ਾਸਤਰੀ ਤੇ ਚੰਗਲੀ ਦਾ ਕਿਹਨਾਂ ਉਸੇ ਵੀਰ ਕੋਲ ਹੈ ਬੂ ਸਪਰੇ ਤੇ ਜ਼ਰੂਰ ਭੇਜੋ ਜੀ ਆਓ ਵੀਰੇ ਯਾਰ ਠੀਕ ਹੈ ਵੀਰੇ ਵਾਹਿਗੁਰੂ ਮੇਹਰ ਕਰੇ ਸੱਚੇ ਪਾਤਸ਼ਾਹ ਪ੍ਰਮਾਤਮਾ ਵੀ ਆਵੇ ਕੋਈ ਐਸਾ ਫੜੀ ਪੈਗੰਬਰ ਜੋ ਰੋਕ ਕੇ ਵੱਜਦੀ ਹੈ ਸੱਟਾਂ ਨੂੰ ਅੱਗੇ ਜੀ ਠੀਕ ਹੋ ਅੱਗ ਦੀ ਬੂਹ ਆ ਰਹੀ ਹੈ ਇੱਕ ਮਿੰਟ ਰੁਕ ਜਾ ਦੇਖੋ ਲਾਗੇ ਹੈਗੀ ਆ ਰੈਸਲਰ ਯੂਪੀ ਸ਼ਾਸਤਰੀ ਉਹ ਲਾਲਾ ਲਾਲ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਸਰ ਭਾਈ ਯਾਰ ਸਕੋਰ ਵਾਲੇ ਵੀਰਾਂ ਵਾਸਤੇ ਚਾਹ ਪੁੱਜ ਦੀ ਕਰ ਦਿਓ ਜੀ ਮੇਰੀ ਬੇਨਤੀ ਆ ਵੀਰ ਸਾਡਿਆਂ ਨੂੰ ਉੱਧਰ ਤਲਵੀਰ ਅਮਲੋਕ ਕਨੇਡਾ ਤੇ ਰਵੀ ਸੀਨੀਵਾਲ ਖੁਰਦ ਵਾਲੇ ਭਰਾਵਾਂ ਨੇ ਜਿਹੜਾ ਵੀਰੇ 5100 ਰੁਪਇਆ ਲਾਇਆ ਸੀ ਅਮਲੋਕ ਨੇ ਵੇਲੇ ਤੇ ਮੈਚ ਜਿੱਤਣ ਦੇ ਲਈ ਉਹ ਜਿਹੜਾ 5100 ਰਾਜਸਰ ਦੇ ਜੱਸੇ ਕੋਲ ਪੁੱਜਦਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਆ ਗੂਗਲ ਪੇ ਕਰ ਦਿੱਤੇ ਜੀ ਪੈਸੇ ਤੇ ਨਾਲ ਵੀਰੇ ਭੋਜੋਲੀ ਦੇ ਵਿੱਚ ਆਲ ਉਪਣਾ ਟੂਰਨਾਮੈਂਟ ਸੀ ਆਲ ਉਪਣਾ ਮੈਚ ਜਿਹੜਾ ਖੇਡਿਆ ਗਿਆ ਉਹਦੇ ਵਿੱਚ ਪਰ ਪਲੇਅਰ ਦੇ ਲਈ 1100 ਰੁਪਇਆ ਜਿਹੜਾ ਉਹ ਤਲਵੀਰ ਅਮਲੋਕ ਕੈਨੇਡਾ ਵੱਲੋਂ ਉਹ ਵੀ ਜਿਹੜੇ ਪੈਸੇ ਬਾਈ ਉਹ ਜੱਸੇ ਨੂੰ ਪੁੱਜਦੇ ਕੀਤੇ ਗਏ ਆ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਹਰ ਮੈਚ ਕਦੇ ਵੱਡਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਲਾਓ ਸਾਹਮਣੇ ਗਰਾਊਂਡ ਦੇ ਅੰਦਰ ਇੱਧਰ ਵੀਰ ਸਾਡੇ ਜੁੜੇ ਆ ਵੱਡਾ ਧੰਨਵਾਦ ਆ ਸਾਰੇ ਭਰਾਵਾਂ ਦਾ ਰੱਬ ਰੂਪੀ ਸੰਗਤ ਲਾਈ ਵੀ ਜੁੜੀ ਹੋਈ ਹੈ ਪਰ ਉੱਧਰ ਵੀ ਕਹਿੰਦੇ ਗੱਲਬਾਤ ਵੱਡੀ ਆ ਮਿੱਤਰਾਂ ਅੱਜ ਦੇ ਸਫੱਟੇ ਮੇਲੇ ਦੀ ਹਰ ਵੱਡੀਆਂ ਗੱਲਾਂ ਬਾਤਾਂ ਦੇ ਪ੍ਰਬੰਧ ਮਿੱਤਰਾਂ ਨੇ ਬਹੁਤ ਵੱਡੇ ਕੀਤੇ ਆ ਪਰ ਨੌਜਵਾਨ ਤਿਆਰ ਬਾਰ ਤਿਆਰ ਹੈ ਗਰਾਊਂਡ ਦੇ ਅੰਦਰ ਲਾਓ ਸਾਹਮਣੇ ਸਰਵਿਸ ਨੌਜਵਾਨ ਨੇ ਕਰ ਦਿੱਤੀ ਹੈ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪਥਰੇੜੀ ਵਾਲਾ ਥੋੜਾ ਚੱਕ ਵੀ ਹੋਇਆ ਤੇ ਚੱਕ ਵੀ ਸ਼ੇਰ ਕਹਿੰਦੇ ਹੋਰ ਵੀ ਮੇਰੇ ਮਿੱਤਰੋ ਖੁਣਖਾਰ ਹੋ ਜਾਂਦਾ ਇਹ ਗੱਲ ਤੇ ਸੱਚ ਹੈ ਲੱਗਦਾ ਹੋਇਆ ਚੋਰ ਆਪ ਪਥਰੇੜੀ ਵਾਲਾ ਵੀ ਮੇਰੇ ਮਿੱਤਰੋ ਫੇਰਿਆ ਫਿਰਦਾ ਪਰ ਗਲਤੀ ਇੱਕ ਹੋਰ ਆਓ ਕੱਪਰੂ ਨੇ ਕਰ ਦਿੱਤੀ ਆ ਬਾਈ 11 ਹੋ ਗਏ 12 ਤੇ 4 ਦੀ ਟੱਕਰ ਹੈ
ਕਮਲ ਯਾਰਾ ਤੈਨੂੰ ਵੀ ਮੁਬਾਰਕਾਂ ਨੇ ਕਿਉਂਕਿ ਤੈਨੂੰ ਵੀ ਮਿੱਤਰਾਂ ਗੌਰਮੈਂਟ ਜੋਬ ਮਿਲੀ ਆ। ਪਰਮਾਤਮਾ ਫੇਰ ਕਰੇ ਸੱਚੇ ਪਾਤਸ਼ਾਹ ਸੱਤਿਆ, ਦੁਨੀਆ ਕਹਿੰਦੀ ਆ ਤੈਨੂੰ ਵਾਲੀਵਾਲ ਦਾ ਤੂਫਾਨ ਤੇ ਮਿੱਤਰ ਅੱਜ ਤੇ ਉਹ ਕੱਲ ਬਣੀ ਨੀ, ਬਹੁਤ ਤੂਫਾਨੀ ਫਾਰੀ ਸੱਤਿਆ ਖੇਡਣੀ ਪੈਣੀ ਆ। ਆਓ ਮਿੱਤਰਾਂ ਰੋਕਦੇ ਥੀ ਹੈ, ਕਰੇ ਜੇ ਚੱਕੇ ਜਾਮ ਤੇ ਗੱਲ ਫੇਰ ਬਣ ਜਾਣੀ ਹੈ, ਲੋਕਾਂ ਫੇਰ ਗੱਲਾਂ ਕਰਨੀਆਂ ਵੀ ਤੂਫਾਨ ਆਇਆ ਹੋਇਆ ਹੈ ਵੀ ਮੁੰਡਾ ਖੇਡੇ ਵਾਲੀਵਾਲ। ਆਓ ਲੋਕੋ ਕਰਦਾ ਕਮਾਲ ਤੇ ਜਿੱਤ ਹਾਰ ਦਾ ਨਾ ਜ਼ਿਆਦਾ ਰੱਖਦਾ ਖਿਆਲ, ਨਸ਼ੇ ਪੱਤੇ ਤੋਂ ਰਹਿਤ ਪਲੇਅਰ ਤਗੜਾ ਹੈ ਅੱਜ ਦਾ। ਸੱਤਾ ਨਾਮ ਹੈ ਵਾਲੀਵਾਲ ਦੇ ਫਲੱਡ ਦਾ, ਆਓ ਸੱਤਾ ਨਾਮ ਹੈ ਵਾਲੀਵਾਲ ਦੇ ਫਲੱਡ ਦਾ। ਦੁਨੀਆ ਤੂਫਾਨ ਕਹਿੰਦੀ ਹੈ ਸ਼ਹਿਬਾਜਪੁਰੀਆ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਬਰ ਤਿਆਰ ਹੈ। ਮੁੰਡਾ ਕਦੇ ਉਪਲਾਉਂਦਾ ਵੀ ਜੇ ਨਲੂਆ ਨਾ ਮਰਦਾ, ਕੰਮ ਸੀ ਆਇਆ ਕੰਡੇ ਤੇ ਮਹਾਰਾਜਾ ਰਣਜੀਤ ਸਿੰਘ ਦਾ, ਜੇ ਪੈਂਦਾ ਮੰਜੇ ਤੇ ਲਾਹੌਰ ਤੇ ਅੱਖਾਂ ਹੁੰਦੀਆਂ ਨਾ, ਜੇ ਆਂਢ ਗੁਆਂਢ ਦੀਆਂ ਤੇ ਸਾਡੇ ਗੋਰੇ ਪਾਉਂਦੇ ਪੱਠੇ, ਮੀਮਾ ਭਾਂਡੇ ਮਾਂਜਦੀਆਂ। ਆਓ ਸਾਡੇ ਗੋਰੇ ਪਾਉਂਦੇ ਪੱਠੇ ਤੇ ਮੀਮਾ ਭਾਂਡੇ ਮਾਂਜਦੀਆਂ, ਸਵਾਲ ਕਹਿੰਦੇ ਵੱਖਰਾ ਬਣਿਆ ਪਿਆ ਮੇਰੇ ਮਿੱਤਰੋ। ਪਰ ਆਹ ਪੁਆਇੰਟਾਂ ਤੇ ਆਹ ਕਹਿੰਦੇ ਗੱਲਬਾਤ ਜਿਹੜੀ ਅੜੀ ਖੜੀ ਹੈ, ਲੈ ਵੀ ਜੋੜ ਖੁੱਲੀ ਵਾਲੀ ਆ, ਮਾਣ ਕਰਦਾ ਸ਼ਹਿਬਾਜਪੁਰੀਆ ਤੇਰੇ ਤੇ ਭਰਾਵਾਂ ਨਾਲੋਂ ਵੱਧ ਕੇ, ਤੇ ਜਾਂ ਕਹਿੰਦੇ ਪਰਮ ਨੂੰ ਕੋਈ ਫੜੇ ਆਉਂਦੀ ਜਾਂਦੀ ਵਾਲ ਤੇ ਗੱਲ ਜਿਹੜੀ ਫਿਰ ਜਿਹੜੀ ਕਮਾਲ ਦੀ ਹੋਣੀ ਆ। ਅਮਲੀ ਕਿੰਨੇ ਆ ਲਾਲ ਸਾਹਮਣੇ ਇੱਧਰ ਮਿੱਤਰਾਂ, ਚਾਰ ਤੇ ਬਾਰਾਂ ਦੀ ਟੱਕਰਾਂ ਕਰਾਉਣ ਦੇ ਵਿੱਚ ਖੇਡੀ ਜਾ ਰਹੀ ਹੈ। ਲਾਲੀ ਕਨੇਡਾ ਸਾਡੀ ਜ਼ਿੰਦਗੀ ਦਾ ਮਾਣ ਹੈ, ਟੁੱਲੀ ਵਾਲੀ ਆ ਭਰਾ ਸਾਡਾ, ਉਹ ਵੀ ਮੈਚਾਂ ਦਾ ਆਨੰਦ ਮਾਣਦਾ ਹੈ, ਜ਼ਿੰਦਗੀ ਦਾ ਬੜਾ ਪਿਆਰਾ ਵੀਰ ਹੈ। ਪਰ ਇੱਧਰ ਕਹਿੰਦੇ ਮੁਕਾਬਲਾ ਖੇਡਿਆ ਜਾ ਰਿਹਾ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ, ਅਗਲਾ ਮੈਚ ਵੀ ਸੁੱਖੇ ਦਾ ਕਹਿੰਦੇ ਯੂਪੀ ਸ਼ਾਸਤਰੀ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ, ਮੈਚ ਉਹ ਵੀ ਬੜਾ ਜਾਨਦਾਰ ਲੱਗੇਗਾ। ਪਰ ਆਹ ਮੈਚ ਦੀਆਂ ਵੀ ਆਹ ਮਿੱਤਰਾਂ ਕੱਲਾ ਬਾਤਾਂ ਵੱਡੀਆਂ ਨੇ, ਲੱਗਦਾ ਹੋਇਆ ਜ਼ੋਰ ਦੋਨੋਂ ਟੀਮਾਂ ਦਾ ਆਪਸ ਦੇ ਵਿੱਚ ਪੱਟੇ ਵੱਲ ਭਿੜ ਰਹੇ ਆ, ਵੱਡੀਆਂ ਦੂਰੀਆਂ ਤੈਅ ਕੀਤੀਆਂ ਅੱਜ ਦੇ ਇਸ ਟੂਰਨਾਮੈਂਟ ਦੇ ਉੱਤੇ ਪੱਤਰੇੜੀ ਦੀ ਟੀਮ ਨੇ। ਅੰਕਿਤ ਜਦੋਂ ਖੇਡਿਆ ਮਹਿਲ ਖੁਰ ਦੇ ਵਿੱਚ ਤੇ ਮੈਂ ਬਾਈ ਨੂੰ ਪੁੱਛਿਆ, ਮੈਂ ਕਿਹਾ ਯਾਰਾ ਵੀ ਤੁਸੀਂ ਬਹੁਤ ਛੇਤੀ ਹਰ ਗਏ, ਕਹਿੰਦਾ ਬਾਈ ਗਿਣ ਦੇ ਵਿੱਚ ਸਾਡੇ ਤੋਂ ਖੇਡਿਆ ਨਹੀਂ ਜਾਂਦਾ, ਇੱਕ ਵੱਡਾ ਰੂਲ ਹੈ ਵੀਰ ਦਾ, ਕਹਿੰਦਾ ਬਾਈ ਮੇਰੇ ਤੋਂ ਗਿਣ ਦੇ ਵਿੱਚ ਨਹੀਂ ਖੇਡਿਆ ਜਾਂਦਾ। ਪਰ ਸਾਹਮਣੇ ਦੇਖ ਮਿੱਤਰਾਂ ਜ਼ੋਰ ਲੱਗਿਆ ਪਿਆ, ਆਹ ਜ਼ੋਰ ਲੱਗੇ ਵੀ ਕਿਉਂ ਨਾ ਮੇਲਾ ਚਾਂਗਲੀ ਦਾ ਗਰਾਊਂਡ ਦੇ ਅੰਦਰ। ਪਰ ਭਾਈ ਯਾਰ ਇੱਕ ਗੱਲ ਦੇਖੋ, ਪਥਰੇੜੀ ਵਾਲੇ ਅੰਕ ਤੇ ਬਾਈ ਯਾਰ ਸੱਟ ਲੱਗੀ ਆ, ਫਿਰ ਵੀ ਯਾਰ ਮੁੰਡੇ ਦਾ ਹੌਸਲਾ ਵੇਖੋ ਯਾਰ, ਕਿੰਨਾ ਸੋਹਣਾ ਖੇਡ ਆ ਰਿਹਾ, ਇੱਕ ਵਾਰੀ ਯਾਰ ਤਾੜੀ ਤੇ ਮਾਰੋ ਯਾਰ ਮੁੰਡੇ ਦੇ ਨਾਂ ਦੇ ਉੱਤੇ, ਜਿੱਤ ਹਾਰ ਚਲੋ ਇੱਕ ਪਾਸੇ ਆ, ਪਰ ਮੁੰਡਾ ਫਿਰ ਵੀ ਪ੍ਰਦਰਸ਼ਨ ਜਿਹੜਾ ਉਹ ਬਹੁਤ ਚੰਗਾ ਕਰਦਾ ਰਿਹਾ। ਲਓ ਸਾਹਮਣੇ ਉਹ ਪੱਲੇ ਪੱਲੇ ਪੱਲੇ, ਲੱਗਦਾ ਹੋਇਆ ਚੋਰ ਹੈ ਵੀ ਨੱਚਦੀ ਜਵਾਨੀ ਚੰਗੀ ਲੱਗੇ, ਹੱਸਦੀ ਤੇ ਖੇਡਦੀ ਜੱਚਦਾ ਬੁਢਾਪਾ, ਜੇ ਸਿਆਣੀ ਗੱਲ ਕਰੇ ਤਾਂ ਇੱਜ਼ਤ ਕੁਆਰੀ ਦੀ, ਜਿਹੜੀ ਡਰ ਰੱਖੇ ਮਾਪਿਆਂ ਦਾ ਤੇ ਸੂਰਮੇ ਦੀ ਸੋਭਾ, ਜੇ ਮੈਦਾਨੇ ਜੰਗ ਲੜੇ ਤਾਂ ਆਓ ਸੂਰਮੇ ਦੀ ਸੋਭਾ, ਜੇ ਮੈਦਾਨੇ ਜੰਗ ਲੜੇ ਤਾਂ ਜੰਗ ਜਾਰੀ ਆ, ਕੌਣ ਜਿੰਦਾ ਇਹ ਵੱਡੀ ਜੰਗ ਮੇਰੇ ਮਿੱਤਰੋ। ਵਾਲੀਵਾਲ ਦੇ ਕਹਿੰਦੇ ਸੁਪਰ ਡੁਪਰ ਖਿਡਾਰੀ ਹੁੰਦੀ ਹੈ, ਇੱਕ ਵੱਡੀ ਟੱਕਰ ਹੈ, ਜਿਹੜੀ ਟੀਮ ਜਿੱਤ ਗਈ ਹੈ ਇੱਕ ਵੱਡੇ ਪ੍ਰਾਈਜ਼ ਤੇ ਮੋਹਰ ਲੱਗ ਜਾਣੀ ਹੈ। ਠੁੱਲੀ ਵਾਲੀ ਆ ਕਰ ਟਰਾਈ, ਆਓ ਮਿੱਤਰਾਂ ਜ਼ੋਰ ਤੇ ਲਾ ਕੇ ਨੰਬਰ ਜੁੜਨਾ, ਵੀ ਬੜੇ ਕਬਜ਼ੇ ਛੜਾਤੇ ਅਸੀਂ ਲੋਕਾਂ ਦੇ ਤੇ ਬਹੁਤ ਬੱਕਰੇ ਬਣਾਤੇ ਪੁੱਤ ਸ਼ੇਰਾਂ ਦੇ, ਆਓ ਪਾਗ ਲਾ ਕੇ ਬਦਾਮਾਂ ਦੇ ਉਹ ਢਿੱਲੋਆ ਤੇ ਪੁੱਛੀ ਦੇ ਨੀ ਭਾਗ ਦੇ ਫੇਰਾਂ ਦੇ, ਕਦੇ ਨਿੰਦੋ ਨਾ ਕੁੜੀ ਕਿਸੇ ਦੀ ਛੱਡ ਕੇ ਤੇ ਕਦੇ ਜਾਤ ਨਾਲ ਪਰਖੋ ਨਾ ਯਾਰ ਨੂੰ, ਆਓ ਮਰੇ ਬੰਦੇ ਦੇ ਨੇਥੇ ਚੋਂ ਜਿਹੜਾ ਨਿਕਲੇ ਆ ਬਈ ਕੀ ਅੱਗ ਲਾਉਣੀ ਹੈ ਐਸੇ ਹਥਿਆਰ ਨੂੰ, ਆਓ ਮਰੇ ਬੰਦੇ ਦੇ ਨੇਥੇ ਚੋਂ ਜਿਹੜਾ ਨਿਕਲੇ ਆ ਬਈ ਕੀ ਅੱਗ ਲਾਉਣੀ ਹੈ ਐਸੇ ਹਥਿਆਰ ਨੂੰ, ਚਾਰ ਤੇ ਕਦੇ ਬਾਰਾਂ ਦੀ ਟੱਕਰ, ਸਵਾਲ ਕਦੇ ਬੱਲੇ ਬੱਲੇ, ਕਮਾਲ ਹੋਈ ਪਈ ਆ ਦੁਨੀਆ ਤਿਆਲ ਹੋਈ ਪਈ ਆ, ਚਾਂਗਲੀ ਦਾ ਮੇਲਾ ਮੇਰੇ ਮਿੱਤਰੋ ਐਂਡ ਕਦੇ ਵੱਡੇ ਇਤਿਹਾਸ ਸਿਰਜਣਾ ਜਾ ਰਿਹਾ ਹੈ, ਚਾਂਗਲੀ ਦਾ ਮੇਲਾ ਅਮਿਟ ਜਾਂਦਾ ਛੰਦਾ ਤੁਰਿਆ ਜਾ ਰਿਹਾ ਮੇਰੇ ਮਿੱਤਰੋ। ਇਸ ਤੋਂ ਬਾਅਦ ਆਪਣੇ ਕੋਲ ਦੋ ਮੈਚ ਬਾਕੀ ਰਹੇ ਹੈ, ਇੱਕ ਸੈਮੀ ਹੈ ਤੇ ਇੱਕ ਫਾਈਨਲ ਤੇ ਪਟਾਕੇ ਜਿਹੜੇ ਪੈਣਗੇ। ਕਿੰਨੇ ਸਕੋਰ ਹੋ ਗਏ, ਸਕੋਰ ਕਿੰਨੇ ਹੋ ਗਿਆ ਮੈਚ ਦੇ, ਸਕੋਰ ਕਿੰਨੇ ਆ, ਸਕੋਰ ਕਿੰਨੇ ਆ ਮੈਨੂੰ ਇਹ ਦੱਸੋ। ਇਹ ਤਾਂ ਲੱਗੇ 13 ਬਣੇ 14 ਹੋ ਗਏ, ਹੈ 5 ਬਾਅਦ ਹਾਂ। ਓਕੇ 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 ਬੰਬੂ, ਮੈਂ ਕਹਿੰਦਾ ਕਰਾ ਲਓ ਸੈਮੀ ਦੂਜੇ ਤੇ, ਵਧੀਆ ਚਲਾ ਦੋ, ਛੱਡ ਲਓ ਕਦੇ ਹੁਣੇ ਆ ਜਾਣੇ, ਉਦੋਂ ਦੇ ਮੁੱਕੂ ਉਹ ਚੱਲੂ। ਇੱਕ ਵੱਜ ਗਿਆ, 12 ਦਾ ਟਾਰਗੇਟ ਸੀ ਆਪਣਾ, ਮਾਰੋ ਹਾਕ। ਚਲੋ ਲੈ ਵੀ ਬਾਈ ਆਓ ਜਲਦੀ ਦੇ ਨਾਲ ਇੱਕ ਨੰਬਰ ਗਰਾਊਂਡ ਤੇ ਆਓ ਜੀ, ਦੂਜੇ ਸੈਮੀ ਦੀਆਂ ਟੀਮਾਂ ਦੀ ਪ੍ਰਬੰਧਕ ਵੀ ਕਹਿ ਰਹੇ ਨੇ ਬਾਈ ਜੀ,
ਯੂਪੀ ਸ਼ਾਸਤਰੀ ਦੀ ਟੀਮ ਆ ਸੁਖਾ ਦਾਗਲੀ ਟੀਮ ਆ ਨੰਬਰ 1 ਚ ਆ ਜਾਂਦੀ ਜਿਹੜਾ ਗਰਾਊਂਡ ਵਧੀਆ ਲੱਗਦਾ ਉਹ ਚ ਆ ਜਾ 1 ਨੰਬਰ ਗਰਾਊਂਡ ਦੇ ਵਿੱਚ ਆ ਜਾਣ ਮੁੰਡੇ ਦੀ ਮੈਂ ਬੇਨਤੀ ਕਰਦਾ ਵੀਰਾਂ ਨੂੰ 1 ਨੰਬਰ ਗਰਾਊਂਡ ਦੇ ਵਿੱਚ ਚਾਂਗਲੀ ਸੁਖਾ ਤੇ ਯੂਪੀ ਸ਼ਾਸਤਰੀ ਦੀ ਇਹ ਟੀਮਾਂ ਦੇ ਖਿਡਾਰੀ ਵੀ ਆਉਣ ਵੀਰੇ ਮੈਚ ਖੇਡਣ ਲਈ ਬੇਨਤੀ ਆ ਵੀਰਾਂ ਨੂੰ ਔਰ ਸਾਹਮਣੇ ਮੁੰਡਾ ਜੈਪੁਰ ਵਾਲਾ ਕਹਿੰਦੇ ਕਮਲ ਕਮਾਲ ਕਰ ਗਿਆ ਬਾਲ ਇੱਕ ਟੌਪ ਦੀ ਲਾਦੀ ਹੈ ਮੁੰਡੇ ਨੇ 12-5 ਦੀ ਟੱਕਰ ਹੈ ਬਾਈ ਜੀ ਆ ਜਾਓ ਇੱਧਰ ਹਲੇ ਟਾਈਮ ਲੱਗ ਜਾਣਾ ਕਾਫੀ ਟਾਈਮ ਲੱਗ ਜੂ ਵੀਰੇ ਚਾਂਗਲੀ ਸੁੱਖਾਂ ਦੇ ਯੂਪੀ ਇਹ ਟੀਮਾਂ ਗਰਾਊਂਡ ਨੰਬਰ ਵੀਰੇ 1 ਦੇ ਵਿੱਚ ਆ ਜਾਣ ਜੇ ਮੈਚ ਨਿਬੜ ਗਿਆ ਜਲਦ ਤਾਂ ਇੱਧਰ ਹੀ ਕਰ ਲਾਂਗੇ ਉਹਨੇ ਵਾਰਮ ਅਪ ਤਾਂ ਹੋਣਾ ਕੇ ਟੌਟ ਟੂਸ ਕਰਨ ਆਪ ਮੌਕੇ ਤੇ ਕਰ ਲਾਂਗੇ ਹੈਲੋ ਬਾਈ ਦਿਲਸ਼ਾਨ ਤੀਜੇ ਤੇ ਚੌਥੇ ਪੋਜੀਸ਼ਨ ਲਈ ਵੀ ਮੈਚ ਹੋਊਗਾ ਠੀਕ ਹੈ ਜੀ ਕਿੱਥੇ ਕਾਲਾ ਮੜਾ ਨੂੰ ਪਿੱਚਿੰਗ ਵਾਲੇ ਕੌਣ ਇੱਥੇ ਮੇਰੇ ਕੋਲ ਤਾਂ ਕਰਾ ਕਾਲਾ ਕਿੱਥੇ ਆ ਨਹੀਂ ਬਾਈ ਇੱਧਰ ਮੈਚ ਕਰਾ ਦੋ ਉਹ ਬੋਲਿਆਗਾ ਸੁੱਖੇ ਉਹਨਾਂ ਲਈ ਹਾਂਜੀ ਦੁੱਧ ਕਰਾ ਦੋ ਮੈਨੂੰ ਚਾਂਗਲੀ ਸੁੱਖੇ ਦੀ ਟੀਮ ਆ ਜਾ ਵੀਰੇ ਸੁੱਖੇ ਆਓ ਯਾਰ ਖੇਡੋ ਮੈਚ ਮੇਰਾ ਵੀਰ ਬਣ ਕੇ ਗਰਾਊਂਡ ਨੰਬਰ 1 ਚ ਨਾਲ ਹੀ ਯੂਪੀ ਵਾਲੇ ਮੁੰਡੇ ਵੀ ਆ ਜਾਣ 1 ਵੱਜ ਗਿਆ ਵੀਰੇ ਹਾਲੇ ਆਪਾਂ ਨੂੰ ਤਕਰੀਬਨ 2-2.5 ਘੰਟੇ ਹੋਰ ਲੱਗ ਜਾਣਗੇ ਜੇਕਰ 1 ਤੇ ਕਰਾ ਦੋ ਫਿਰ ਕੰਮ ਬਹੁਤ ਔਖਾ ਹੋ ਜਾਣਾ ਮੇਰਾ ਵੀਰ ਐਵੇਂ ਆਪਾਂ ਨੂੰ ਬਸ ਪਿਆਰ ਨਾਲ ਅਮਲ ਕੇ ਕਮਲ ਕੇ ਆ ਕੇ T2 ਖੇਡ ਰਿਹਾ ਬਾਈ ਜੈਪੁਰ T2 ਜੈਪੁਰ T2 ਔਰ ਕਮਲ ਜੈਪੁਰ ਪਥਰੇੜੀ ਦੀ ਟੀਮ ਹੈ ਕਾਲਾ ਓਏ ਜੋਦੇ ਨੀਟੇ ਆਪਾਂ ਵੇਖ ਨਹੀਂ ਆਉਂਦੀ ਜੇ ਉੱਥੇ ਕਿੱਥੇ ਲੱਗਦਾ ਤੇ ਇਹਦੋਂ ਕਾਲੇ ਨੂੰ ਮੜਾ ਜਾ ਜੇ ਉੱਥੇ ਦਾ ਨਹੀਂ ਲੱਗਦਾ ਮੈਂ ਕਿਤੇ ਵੀ ਨਹੀਂ ਲੱਗਦਾ ਮੜਾ ਸਮਝਾ ਦੇ ਉਹਦਾ ਕਰਾ ਦਿੰਦੇ ਹਾਂ ਮੜਾ ਉਹਨੂੰ ਸਮਝਾ ਦੇ ਕਾਲੇ ਨੂੰ ਲਗਾਤਾਰ ਟੂਰਨਾਮੈਂਟ ਆ ਯਾਰ ਆਪ ਹੀ ਥੋੜਾ ਖਿਆਲ ਕਰ ਲਿਆ ਕਰੋ ਵੀਰੇ ਇੱਕ ਪਿੰਡ ਦੀ ਟੀਮ ਆ ਇੱਕ ਦੂਰ ਦੀ ਟੀਮ ਖੇਡਣ ਲਈ ਕਿੱਥੇ ਰੈਫਰੀ ਬਦਲ ਦਿੰਦੇ ਆਪਾਂ ਹੋਰ ਕੋਈ ਲਾ ਦਿੰਦੇ ਰੈਫਰੀ ਸਿਮਰੇ ਆਹ ਮੈਚ ਕਰਾਈ ਮੇਰਾ ਵੀਰ ਬਣ ਕੇ ਉਧਰ ਅਮਲੀ ਦਾ ਮੈਚ ਹਾਂਜੀ ਹਾਂਜੀ ਵਿੱਕੀ ਬਰਾੜ ਬਿਲਕੁਲ ਜੀ ਰਾਵੀ ਜਾ ਆਪਣੀ ਖੇਡੋ ਮੈਚ ਮੇਰਾ ਵੀਰ ਜਾ ਕੇ ਸੁੱਖੇ ਦੀ ਟੀਮ ਆ ਦੇ ਮੈਚ ਖੇਡਣ ਦੇ ਲਈ ਯੂਪੀ ਦੀ ਟੀਮ ਦੇ ਨਾਲ ਮੈਚ ਹੈ ਯੂਪੀ ਸ਼ਾਸਤਰੀ ਦੀ ਟੀਮ ਦੇ ਨਾਲ ਮੁੰਡੇ ਆਉਣ ਸੁੱਖੇ ਦੀ ਸੁੱਖਾ ਚਾਂਗਲੀ ਦੀ ਟੀਮ ਇੱਕ ਵੱਡਾ ਮੈਚ ਖੇਡਿਆ ਜਾਵੇਗਾ ਦੂਜੇ ਸਮੇਂ ਦੀਆਂ ਗੱਲਾਂ ਬਾਤਾਂ ਇੱਧਰ ਕਰਾ ਦੇ ਸਿਮਰੇ ਇੱਧਰ ਸਿਮਰੇ ਵੀ ਬਹੁਤ ਸੋਹਣਾ ਖੇਡਿਆ ਜਾ ਰਿਹਾ ਹੈ ਮੇਰੀ ਬੇਨਤੀ ਆ ਵੀਰੇ ਯਾਰ ਟੀਮਾਂ ਨੂੰ ਹੱਥ ਜੋੜ ਕੇ ਵੀ ਜ਼ਰੂਰ ਸਾਥ ਦਿਓ ਭਰਾ ਬਣ ਕੇ ਠੀਕ ਹੈ ਸੀਪਾ ਜੰਗਲੀ ਬਾਈ ਇਧਰ ਨੂੰ ਮੇਲਾ ਸਮਾਪਤ ਕਰ ਦੇਣਾ ਪਰ ਮੇਰੇ ਮਿੱਤਰੋ ਹੁਣ ਬਾਤਾਂ ਗੱਲਾਂ ਬਾਤਾਂ ਕੁਝ ਹੋਰ ਆ ਗਰਾਊਂਡ ਦੇ ਅੰਦਰ ਮੈਚ ਬਾਲੇ ਲੰਬੇ ਨਾ ਗਏ ਬਾਈ ਯਾਰ 1 ਨੰਬਰ ਗਰਾਊਂਡ ਦੀ ਬਾਲ ਕੀ ਦੇ ਕੋਲ ਆ ਬਾਈ ਯਾਰ ਬਾਲ ਪੁੱਜ ਦੀ ਕਰੋ ਸਕੋਰ ਕਰਦੇ ਆ ਪਤਾ ਬਾਈ ਸਕੋਰ ਉਸਤਾਦ 4 ਨੰਬਰ ਗਰਾਊਂਡ ਨਵੀਂ 6 ਹੋ ਗਏ ਬਣ 1 ਨੰਬਰ ਗਰਾਊਂਡ ਦੀ ਬਾਲ ਦੇਖ ਲਓ ਬਾਈ ਯਾਰ 12 7-12 ਸਕੋਰ ਆ ਵੀਰੇ 7-12 ਜੀ 7 ਚੈਣੇਵਾਲ ਮੈਡੀ ਸ਼ਰਮਾ ਕਲੱਬ 7 ਦੇ ਸੜੀ ਦੇ 12 ਇੱਕ ਪੰਨੀ ਪਰ ਪੱਕੇ ਦੇ ਪਥਰੇੜੀ ਕਮਲ ਜੈਪੁਰ ਤੇ T2 ਜੈਪੁਰ ਦੇ ਆ ਮੇਰੇ ਮਿੱਤਰੋ ਮੈਡੀ ਸ਼ਰਮਾ ਕਲੱਬ ਚੈਣੇਵਾਲ ਦੀ ਟੀਮ ਦੇ ਔਰ 12 ਨੰਬਰ ਆ ਪਥਰੇੜੀ ਵਾਲੇ ਮੁੰਡਿਆਂ ਦੇ ਆ ਆ ਮੈਚ ਦੇ ਵਿੱਚ ਕਹਿੰਦੇ ਵਾਪਸੀ ਕਰ ਗਏ ਆ ਮੁੰਡੇ ਮੇਰੇ ਮਿੱਤਰੋ ਹੌਲੀ ਹੌਲੀ ਕਰਕੇ ਮੁੰਡੇ ਤੇੜੇ ਤੇੜੇ ਆ ਜਿਹੜੇ ਆਉਂਦੇ ਜਾਂਦੇ ਆ ਵੀ ਪਹਿਲੀ ਸੰਗ ਟੁੱਟਦੇ ਆ ਟਾਈਮ ਤੇ ਲੱਗਦਾ ਏ ਆ ਸ਼ਹਿਬਾਜਪੁਰੀ ਆ ਤੂਫਾਨ ਟਰਾਈ ਕਰਦਾ ਹੈ ਚਾਂਗਲੀ ਸੁੱਖੇ ਦੀ ਟੀਮ ਦੇ ਰਹਿੰਦੇ ਖਿਡਾਰੀ ਆ ਜਾਓ ਬਾਈ ਜੀ ਮੈਚ ਖੇਡਣ ਦੇ ਲਈ ਯੂਪੀ ਵਾਲੇ ਮੁੰਡੇ ਵੀਰੇ ਕਿਉਂ ਨੀ ਆ ਰਹੇ 1 ਨੰਬਰ ਗਰਾਊਂਡ ਚ ਬਾਈ ਜੀ ਯੂਪੀ ਦੀ ਟੀਮ ਬਾਈ ਜੀ ਮਹਿਤਾਬ ਨੀ ਹੋਏਗਾ ਮਹਿਤਾਬ ਨੀ ਹੋਏਗਾ
ਹੈਲੋ ਲਾ ਵੀ ਆ ਗਏ ਨੇ ਚਾਂਗਰੀ ਸੁੱਖੇ ਦੀ ਟੀਮ ਦੇ ਸਕੋਰ ਮੇਰੇ ਹਿਸਾਬ ਨਾਲ ਬਈ ਯੂਪੀ ਦੀ ਟੀਮ ਦੇ ਸਾਰੇ ਖਿਡਾਰੀ ਆਏ ਆ ਗਰਾਊਂਡ 'ਚ ਮੈਂ ਬੇਨਤੀ ਕਰਦਾ ਬਾਈ ਯੂਪੀ ਵਾਲੇ ਮੁੰਡੇ 16 ਸੀ ਕਿੰਨੇ ਸੀ ਰਵਿੰਦਰ ਨੂੰ ਪਤਾ ਹੋਊਗਾ 16 ਜਾਂ 17 19 ਨਾ ਹਰਿਆ ਵੀਰੇ ਮੇਰੇ ਹਿਸਾਬ ਨਾਲ ਪਤਾ ਨਹੀਂ 15 ਸੀਗੇ ਦੱਸੇ ਹੋਰ ਕੀ ਰਹੇ 15 ਕਿ 16 15 19 ਨਾ ਹਰਿਆ ਵੀਰੇ 14 19 ਜਾਂ 15 19 ਇੱਥੇ ਜੀ ਸੀਗੇ ਕਿੱਧਰ ਕੋਈ ਨੀਮਾ ਤਾਂ ਆਉਂਦੇ ਉਹਦੀ ਲਾ ਦਿਆਂਗੇ ਰੈਫਰੀ ਤਾਂ ਉਹਦਾ ਆ ਗਿਆ ਆਪਣੇ ਬੰਦੇ ਨੇ ਆਪਣੇ ਕਿੱਥੇ ਲੈ ਚੁਗਰੀ ਆ ਦੇ ਉਹਦੇ ਬੰਦੇ ਨਾਲ ਹੀ ਜੇ ਕਿੱਥੇ ਲਈ ਲਵਾ ਲਾਂਗੇ ਫਿਰ ਦੋਵਾਂ ਨਹੀਂ ਫਿਰ ਕਿਆ ਜੋ ਕੜੇ ਜੋ ਹੈਲੋ ਚਲੋ ਬਾਈ ਜੀ ਆਓ ਮੇਰਾ ਵੀਰ ਬਣ ਕੇ ਯਾਰ ਕਿੰਨਾ ਟਾਈਮ ਹੋ ਗਿਆ ਬਾਜਾ ਮਾਰੀ ਆ ਤੈਨੂੰ ਪਿੰਡ ਦੀ ਟੀਮ ਦੇ ਹਰਾਰੀ ਸਾਰੇ ਜਣੇ ਆ ਗਏ ਸੁੱਕੇ ਸਾਰੇ ਗੋਪੀ ਦੇ ਜਿੰਦਰ ਵੀ ਆਓ ਬਾਈ ਗਰਾਊਂਡ ਚ ਗੋਪੀ ਦੇ ਜਿੰਦਰ 14 ਤੇ 7 ਜੀ 14 ਤੇ 7 ਮੇਰਾ ਵੀਰ ਬਣ ਕੇ ਉਹਨਾਂ ਕਿ ਟਾਈਮ ਖੇਡੋ ਮੈਚ ਇੱਧਰ ਕਰ ਲਾਂਗੇ ਯਾਰ ਲਵੀ ਵੀਰੇ ਹੋ ਜਾਏ ਪੈਂਡਿੰਗ ਰੱਖਿਆ ਪਣ ਸੀ ਜਿਹੜਾ ਵੈਸੇ ਯੂਪੀ ਦੀ ਟੀਮ ਨੂੰ ਵਿਨਰ ਦਿੱਤਾ ਇੱਕ ਵਾਰ ਪਰ ਉਹਨਾਂ ਦੇ ਜਿਹੜੇ ਪ੍ਰੂਫ ਅਗਲੀ ਜਿਹੜਾ ਟੂਰਨਾਮੈਂਟ ਆ ਉਹ ਤੇ ਚੈੱਕ ਕਰੇ ਜਾਣਗੇ ਜੀ ਨਹੀਂ ਜਿਹੜਾ ਪ੍ਰਾਈਜ਼ ਅੱਜ ਯੂਪੀ ਦੀ ਟੀਮ ਰਹੂਗੀ ਉਹ ਫਿਰ ਰੈਸਰ ਨੂੰ ਦਿੱਤਾ ਜਾਊ ਜੇ ਉਹ ਗਲਤ ਹੋਏ ਪ੍ਰੂਫ ਬਾਈ ਆਹ ਫੈਸਲਾ ਹੋਇਆ ਬਾਈ ਸ਼ਾਸਤਰੀ ਵੀ ਰਾਜੀ ਰਿਹਾ ਇਹ ਗੱਲ ਨੂੰ ਔਰ ਜੱਸਾ ਵੀ ਚਾਰ ਪੁਆਇੰਟਾਂ ਦੀ ਜਿਹੜੀ ਖੇਡ ਬਾਕੀ ਰਹਿੰਦੀ ਹੈ ਪਰ ਸ਼ਹਿਬਾਜ਼ਪੁਰੀ ਖੜਾ ਹਾਲੇ ਲਾਵੀ ਪਹਿਲਾ ਸੈਮੀ ਚੱਲਦਾ ਜੀ ਪਹਿਲਾ ਸੈਮੀ ਦੂਜਾ ਸੈਮੀ ਯੂਪੀ ਸ਼ਾਸਤਰੀ ਤੇ ਚਾਂਗਲੀ ਦਾ ਹੋਣਾ ਬਈ ਇੱਕ ਅੱਧੇ ਦੇ ਬਾਹਰ ਜਿਹੜੀ ਗੋਡੇ ਮੋਢੇ ਨੂੰ ਸਿੱਧੀ ਕਰਨੀ ਪੈਣੀ ਹੈ ਫੇਰ ਕਿਤੇ ਜਾ ਕੇ ਗੱਲ ਲੱਗੂ ਟਿਕਾਣੇ ਬਈ ਅਜੇ ਨਹੀਂ ਆਏ ਟੀਮ ਨਹੀਂ ਆਈ ਅਜੇ ਗਰਾਊਂਡ ਤੇ ਦੱਸਾਂਗੇ ਜੀ 16 ਤੇ 7 ਵੱਡਾ ਫਰਕ ਪੈ ਗਿਆ ਆਓ ਟੀਮਾਂ ਦੇ ਖਿਡਾਰੀ ਬਣ ਗਈ ਯੂਪੀ ਸ਼ਾਸਤਰੀ ਦੀ ਟੀਮ ਦਾ ਮੈਚ ਹੈ ਵੀਰੇ ਇੱਧਰ ਹੀ ਹੋ ਜੂ ਬਾਰਮ ਅਪ ਹੋ ਰਿਹਾ ਟਾਈਮ ਦੀ ਟੀਮ ਦੇ ਨਾਲ ਬਾਰਮ ਅਪ ਦੇ ਦਿਓ ਵੀਰ ਜੀ ਮੈਚ ਇੱਧਰ ਖੇਡ ਲੋਗੇ ਭਰਾ ਬਣ ਕੇ ਉਹਨਾਂ ਨੂੰ ਬਾਹਰ ਨੂੰ ਅੱਗੇ ਬਾਰਮ ਅਪ ਬੋਲੋ ਹੱਥੋਂ ਤੇ ਲਾ ਲਓ ਪਹਿਲਾਂ 15 20 ਮਿੰਟ ਇੱਧਰਲੇ ਪਾਸੇ ਟ੍ਰੇਲਾਂ ਚਲਾਉਂਗੇ ਬੇਨਤੀ ਹੈ ਮੇਰਾ ਵੀਰ ਬਣ ਕੇ ਓਕੇ ਓਕੇ ਬਾਈ ਕੋਈ ਬਾਤ ਨਹੀਂ ਜੀ ਡਾਕਟਰ ਅਸ਼ੂਲ ਰੋਹਲੀਆ ਮੈਂ ਤਾਂ ਫਿਰ ਅੱਜ ਲੰਘੀ ਜਾਂਦੇ ਇਧਰੋਂ ਕਿਸੇ ਨੇ ਬੁਲਾ ਲਿਆ ਜੱਸੀ ਪਤਾ ਗੱਲ ਕੀ ਆ ਲਾਸਟ ਆ ਗਿਆ 17 17 ਓਕੇ ਜੀ ਲਾ ਵੀ ਆਓ ਜੀ ਯੂਪੀ ਵਾਲੇ ਮੁੰਡੇ ਕੋਈ ਵੀ ਪਲੇਅਰ ਨਹੀਂ ਨਜ਼ਰ ਆ ਰਿਹਾ ਵੀਰੇ ਯੂਪੀ ਦੀ ਟੀਮ ਦਾ ਕੋਈ ਵੀ ਖਿਡਾਰੀ ਇੰਨਾ ਟਾਈਮ ਨਾ ਲਾਓ ਬਾਈ ਜੀ ਫੇਰ ਤੁਸੀਂ ਇਤਰਾਜ਼ ਕਰਨਾ ਵੀਰ ਕਹਿੰਦੇ ਨੇ ਤੀਜੇ ਚੌਥੇ ਵਾਲਾ ਮੈਚ ਵੀ ਨਾਲ ਦੀ ਨਾਲ ਵੀਰੇ ਖੇਡ ਕੇ ਜਾਣਾ ਪੈਣਾ ਜਿਵੇਂ ਮਰਜ਼ੀ ਕਹਿਣਗੇ ਪ੍ਰਬੰਧਕ ਵੀਰ ਇਧਰ ਲਾਸਟ ਨੰਬਰ ਆ ਗਿਆ ਵੀਰੇ ਪਥਰੇੜੀ ਦੀ ਟੀਮ ਦਾ ਇੱਕ ਪੈਣ ਦੀ ਖੇਡ ਬਾਕੀ ਰਹਿ ਗਈ ਆ ਯੂਪੀ ਵਾਲੇ ਮੁੰਡੇ ਵੀਰੇ ਆਓ ਯਾਰ ਜਲਦੀ ਦੇ ਨਾਲ ਚਾਂਗਲੀ ਸੁੱਖੇ ਦੀ ਟੀਮ ਖੜੀ ਆ ਗਰਾਊਂਡ 'ਚ ਲਾਸਟ ਨੰਬਰ ਆ ਇੱਕ ਪੈਣ ਦੀ ਖੇਡ ਜਿਹੜੀ ਬਾਕੀ ਰਹਿ ਗਈ ਉਧਰ ਵੀਰ ਸਾਡੇ ਕਹਿ ਰਹੇ ਆ ਵੀ ਬਾਈ ਤੀਜਾ ਤੇ ਚੌਥੇ ਪ੍ਰਾਈਜ਼ ਦੇ ਲਈ ਬੈਂਡੀ ਸ਼ਰਮਾ ਕਲੱਬ ਚੈਨੀਆਲ ਦੀ ਟੀਮ ਦਾ ਬਹੁਤ ਵੱਡਾ ਧੰਨਵਾਦ ਬੜਾ ਤਗੜਾ ਪ੍ਰਦਰਸ਼ਨ ਕੀਤਾ ਮੁੰਡਿਆਂ ਨੇ ਸੈਮੀ ਮੈਚ ਲੂਜ ਕਰ ਗਏ ਨੇ ਬਹੁਤ ਬਹੁਤ ਧੰਨਵਾਦ ਕਲੱਬ ਦੇ ਵੱਲੋਂ ਮੈਂ ਵੀ ਆਓ ਚਾਂਗਲੀ ਸੁੱਖਾ ਤੇ ਯੂਪੀ ਰਣਜੋਰ ਦੀ ਟੀਮ ਦੇ ਖਿਡਾਰੀ ਨਾਲ ਹੀ ਬਾਈ ਲਾਈਵ ਆਪਾਂ ਕੱਟ ਕੇ ਕਰਦੇ ਆ ਜੀ ਬੜਾ ਕਲੱਬ ਨੇ ਕਿਹਾ ਕਿ 1 ਮਿੰਟ ਹੀ ਆ ਨਾਲ ਹੀ ਬਾਈ ਲਾਈਵ ਆਪਾਂ ਕੱਟ ਕੇ ਕਰਦੇ ਆ ਜੀ ਇਹ ਬੜੀ ਮੂਵ ਬਾਈ ਇਹ ਬਾਹਰੀ 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 ਰਹੀ ਮੂਵ ਸ਼ੇਰੂ ਟੇਬ ਜੇਬੋਂ ਵੀ ਹੋ ਗਈ ਜਾਂ ਕੋਈ ਉਠਾ ਕੇ ਲਿਆ ਬਾਈ ਲਾਈਵ ਕੱਟ ਕੇ ਕਰਦੇ ਆ ਜੀ ਅੰਕਿਤ ਪਥਰੇੜੀ ਫਾਈਨਲ ਚ ਚਲਿਆ ਗਿਆ ਜੀ
ਅੱਧੇ ਮਿੰਟ ਦੇ ਵਿੱਚ ਵਿੱਚ ਮੁੜਦੇ ਹਾਂ, 8 ਘੰਟੇ ਪੂਰੇ ਆਉਣ ਵਾਲੇ ਆ ਲਾਈਵ ਨੂੰ ਜੀ, ਲਾਈਵ ਕੱਟ ਕੇ ਕਰਦੇ ਹਾਂ ਦੂਜਾ ਸੈਮੀ ਦਿਖਾਵਾਂਗੇ ਯੂਪੀ ਸ਼ਾਸਤਰੀ ਤੇ ਚਾਂਗਲੀ ਦਾ ਬਾਈ। ਹੈਲੋ